ਰਾਤ ਗਏ ਗੁਜ਼ਰ ਬਣਾਈ, ਚੰਨ ਸਰਨ ਲੋਕ ਗਰੇ ਲਗਾਈ, ਕੋਟ ਰਤਨ ਕਰ ਮਗਧ ਬਣਾਇਆ, ਵਿਧ ਵਿਚਾਈਆ ਲਾਲ ਲਗਾਇਆ, ਆਪੇ ਸੀ ਮੈਂ ਆਪ ਬਣਾ ਮੈਂ, ਤਾਨ ਪੁਰਸ਼ ਬੋਲੇ ਪੈਰਾਂ ਮੇ ਕਰੇ ਕਬੀਰ ਸੋਈ ਜਨ ਮੇਰਾ, ਵੀਰ ਸ਼ੀਰ ਦਾ ਕਰਨ ਮੇਰਾ, ਐਸੀ ਆਰਤ ਅਪਰਮ ਤਾਰਾ, ਨੰਦ ਕੋਟ ਜਗ ਸੰਭੂ ਰਾਮੀ, ਵਰਮਾ ਸੰਗ ਵੇਦ ਬੜਵਾਨੇ, ਦਯਾਨੰਦ ਵੇਦ ਸਮਾਰਾ, ਸਤ ਗੁਰ ਜਿਕਾ ਰੂਪ ਹੈ, ਚੰਦ ਸੂਰਜ ਨਹੀਂ ਭਵਨ ਪਾਣੀ, ਨਾ ਜਹ ਛਾਇਆ ਧੂਪ ਹੈ, ਤਾਰਮ ਤਾਰਾਮ ਸਾਹਿਬ ਅਵਗਤ ਅਲ ਅਲੇਕ ਜਿਸ ਬਾਣੀ ਨੂੰ ਲੇਕਰ ਕੇ ਮੇਰੇ ਸਤਿਗੁਰੂ ਬੰਦੀ ਛੋੜ ਜੀ ਮਹਾਰਾਜ ਜਿੰਨੇ ਵੀ
ਆਪ ਜੀ ਦੇ ਪ੍ਰੇਮੀ ਭਗਤ ਖੁਸ਼ੀ ਰਾਮ ਦੀ ਖੇਪਣ, ਉਹਨਾਂ ਦੇ ਪਰਿਵਾਰ, ਰਿਸ਼ਤੇਦਾਰ, ਮਿੱਤਰਗਣ, ਪਿੰਡ ਵਾਸੀ ਜੋ ਵੀ ਉਹਨਾਂ ਦੇ ਨੇੜੇ ਨੇੜੇ ਹੈ, ਮੇਰੇ ਸਤਿਗੁਰੂ ਬਿੰਦੂਚਰ ਮਹਾਰਾਜ ਸਾਰਿਆਂ ਨੂੰ ਆਪਣੇ ਸ਼ਰਧਾ ਸੁਮਨ ਪੱਤਰ ਅਰਪਣ ਕੀਤੇ ਹੈ। ਸਭ ਕੇ ਸਵਾਗਤ ਕਰਦੇ ਹੋਇਆਂ ਆਪਣੇ ਖਜ਼ਾਨੇ ਵਿੱਚ ਇਨਾਮ ਦਾਨ ਬਖਸ਼ਦੇ ਹਾਂ। ਸਾਰੀ ਦੀ ਸਾਰੀ ਸੰਗਤ ਦੇ ਸਿਰ ਦੇ ਉੱਪਰ ਆਪਣੀ ਦਇਆ ਦਾ ਪੰਜਾ ਹਮੇਸ਼ਾ ਹਮੇਸ਼ਾ ਲਈ ਬਣਾਏ ਰੱਖਣਾ। ਮੇਰੇ ਸਤਿਗੁਰੂ ਬਿੰਦੂਚਰ ਮਹਾਰਾਜ ਪਾਠ ਕਰਦੇ ਹੋਇਆਂ ਕਿਸੇ ਵੀ ਪ੍ਰਕਾਰ ਸੇ ਕੋਈ ਕਮੀ, ਕੋਈ ਤਰੁਟੀ, ਕੋਈ ਗਲਤੀ ਮਹਿਸੂਸ ਹੁੰਦੀ ਹੋ, ਮੇਰੇ ਸਤਿਗੁਰੂ ਬਿੰਦੂਚਰ ਮਹਾਰਾਜ ਨੂੰ ਸ਼ਮਾ ਕਰਦੇ ਹੋਇਆਂ ਆਪਣੇ ਭਗਤਾਂ ਦੇ ਮੁੱਖ ਸੇ ਨਿਕਲ ਗਈ ਬਾਣੀ ਨੂੰ ਅਗਿਆਨਤਾ ਤੇ ਬੱਚੇ ਸਮਝਦੇ ਹੋਏ ਸ਼ਮਾ ਕਰਨਾ ਔਰ ਅੱਗੇ ਦੇ ਵਾਸਤੇ ਸੁਭ ਕਰਨੇ ਪਾਠ ਕਰਨੇ ਦਾ ਬਲ ਬਖਸ਼ਣਾ। ਗਰਬਾਂ ਦੇ ਕਿਸੇ ਵੀ ਪ੍ਰਕਾਰ ਦੇ ਵਿਵਹਾਰ ਤੇ ਭਾਵ ਤੇ ਕੋਈ ਕਮੀ ਮਹਿਸੂਸ ਹੁੰਦੀ ਉਸ ਵਿੱਚ ਸ਼ਮਾ ਕਰ ਦਿਓ ਮੇਰੇ ਸਤਿਗੁਰੂ ਬਿੰਦੂਚਰ। ਸਵਾਮੀ ਕਰਮਦਾਸ ਜੀ ਮਹਿਤਪੁਰ ਵਾਲਿਆਂ ਦੀ ਅਗਵਾਈ ਦੇ ਵਿੱਚ ਅੱਜ ਇੰਨਾ ਜਨ ਸਲਾਹ ਜੁੜਿਆ, ਬੜੇ ਦੁੱਖ ਦੇ ਨਾਲ ਕਹਿਣਾ ਪੈਂਦਾ ਹੈ ਕਿ 2 ਮਹੀਨੇ ਦੇ ਰਕਬੇ ਦੇ ਵਿੱਚ ਇਸ ਪਰਿਵਾਰ ਚੋਂ ਨਾਮਵਰ ਸ਼ਖਸੀਅਤਾਂ ਦਾ ਚਲੇ ਜਾਣਾ ਪਰਿਵਾਰ ਦੇ ਲਈ ਬਹੁਤ ਦੁਖਦਾਇਕ ਹੈ। ਮੈਂ ਕਾਂਗਰਸ ਪਾਰਟੀ ਦਾ ਮੁੱਖ ਬੁਲਾਰਾ ਹੋਣ ਦੇ ਨਾਤੇ ਕਾਂਗਰਸ ਪਾਰਟੀ ਵੱਲੋਂ ਤੇ ਉਹਨਾਂ ਦਾ ਪਿਆਰ ਹੋਣ ਦੇ ਨਾਤੇ ਬੜਾ ਪਿਆਰ ਉਹਨਾਂ ਦਾ ਰਿਹਾ ਕਿ ਖੁਸ਼ੀ ਰਾਮ ਜੀ ਯਾਰਾਂ ਦਾ ਯਾਰ ਸੀ, ਉਹਦੇ ਗੱਲ 'ਚ ਕੋਈ ਸ਼ੱਕ ਨਹੀਂ। ਮਹਿਫਲਾਂ ਦਾ ਸ਼ਿੰਗਾਰ ਸੀ, ਉਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ। ਹਮੇਸ਼ਾ ਇਕੱਠੇ ਹੁੰਦੇ ਰਹੇ ਤੇ ਨਿੱਜੀ ਤੌਰ ਤੇ ਵੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ। ਸਤਿਕਾਰਯੋਗ ਠੇਕੇਦਾਰ ਸਾਹਿਬ ਖੁਸ਼ੀ ਰਾਮ ਜੀ ਦੀ ਅੰਤਮ ਅਰਦਾਸ ਦੇ ਵਿੱਚ ਬਹੁਤ ਹੀ ਦੁੱਖ ਭਰੇ ਸਮੇਂ ਦੇ ਉੱਤੇ ਮਹਾਰਾਜ ਕਬੀਰ ਜੀ ਦੀ ਅੰਮ੍ਰਿਤ ਬਾਣੀ ਰੱਬੀ ਬਾਣੀ ਦਾ ਦੀ ਗੋਦ ਵਿੱਚ ਜੁੜ ਬੈਠੀ ਸਮੁੱਚੀ ਸਾਧ ਸੰਗਤ ਜੀ, ਜੋ ਵੀ ਇਨਸਾਨ ਇਸ ਦੁਨੀਆਂ 'ਤੇ ਆਇਆ ਉਸਨੇ ਇੱਕ ਨਾ ਇੱਕ ਦਿਨ ਉਸ ਅਕਾਲ ਪੁਰਖ ਦੇ ਹੁਕਮ ਦੇ ਅਨੁਸਾਰ ਅੱਜ ਅਸੀਂ ਸਾਰੇ ਹੀ ਇੱਥੇ ਇਕੱਠੇ ਹੋਏ ਹਾਂ। ਜ਼ਿਆਦਾ ਸੋਚ ਦੀ ਗੱਲ ਇਹ ਹੈ ਕਿ 2-2.5 ਮਹੀਨਿਆਂ ਦੇ ਵਿੱਚ ਦੂਜੀ ਵਾਰ ਇਹੋ ਜਿਹੇ ਇਕੱਠ ਦੇ ਵਿੱਚ ਸ਼ਾਮਿਲ ਹੋਣ ਦਾ ਇਹੋ ਜਿਹਾ ਭਾਣਾ ਹੈ ਜਿਹੜਾ ਕਿ ਅਚਾਨਕ ਵਰਤ ਜਾਂਦਾ ਕਿਸੇ ਪਰਿਵਾਰ 'ਤੇ। ਜਦੋਂ ਆਪਾਂ ਪਿਛਲੀ ਵਾਰ ਭੋਗ 'ਤੇ ਆਏ ਸੀ ਸੋ ਉਹਨਾਂ ਨੂੰ ਬਲ ਬਖਸ਼ਣਾ ਪਰਮਾਤਮਾ ਦੇ ਹੱਥ 'ਚ ਹੀ ਹੁੰਦਾ। ਮੈਂ ਆਪਣੇ ਵੱਲੋਂ ਤੁਹਾਡੇ ਸਾਰਿਆਂ ਵੱਲੋਂ ਇਹੀ ਅਰਦਾਸ ਕਰ ਸਕਦਾ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਨਿਵਾਸ ਦੇ, ਇਸ ਪਰਿਵਾਰ ਨੂੰ ਇਹਨਾਂ ਪਰਿਵਾਰਾਂ ਨੂੰ ਤਕੜੇ ਹੋ ਕੇ ਇਸ ਤ੍ਰਾਸਦੀ ਨੂੰ ਚੱਲਣ ਦੀ ਸਮਰੱਥਾ ਬਖਸ਼ਣ। ਇਹੀ ਕਹਿੰਦਾ ਹੋਇਆ ਮੈਂ ਤੁਹਾਡੇ ਸਾਰਿਆਂ ਤੋਂ ਬਾਬੇ 'ਤੇ ਬੈਠੇ ਹੋਏ ਮਹਾਂਪੁਰਸ਼ ਦੀ ਅਤੇ ਆਈ ਹੋਈ ਸਾਧ ਸੰਗਤ ਜੀ, ਸਤਿ ਸਾਹਿਬ। ਅੱਜ ਅਸੀਂ ਸਾਰੇ ਹੀ ਭਾਈ ਖੁਸ਼ੀ ਰਾਮ ਜੀ ਦੀ ਅੰਤਿਮ ਯਾਤਰਾ ਵਿੱਚ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਆਏ ਹਾਂ। ਬੜਾ ਦੁੱਖ ਦਾ ਟਾਈਮ ਹੈ, ਮਹੀਨੇ ਵਿੱਚ ਦੂਸਰੀ ਵਾਰ ਇਹਨਾਂ ਦੇ ਘਰ ਵਿੱਚ ਹਾਦਸਾ ਵਾਪਰ ਗਿਆ। ਬਿਲਕੁਲ ਜੱਜ ਸਾਹਿਬ ਦੀ ਸਹੀ ਗੱਲ ਹੈ, ਕਈ ਜਗ੍ਹਾ ਇੱਦਾਂ ਦੀਆਂ ਹੁੰਦੀਆਂ ਜਿੱਥੇ ਗੱਲ ਵੀ ਕਰਨ ਨੂੰ ਕੁਛ ਨਹੀਂ ਹੁੰਦਾ ਹੈਗਾ, ਪਰ ਕੀ ਕਰੀਏ, ਆਹ ਸਮਾਜ ਬਣਿਆ, ਆਉਣਾ ਜਾਣਾ ਬਣਿਆ, ਸਭ ਕੁਛ ਚੱਲਦਾ। ਅਗਰ ਜੱਜ ਸਾਹਿਬ ਦੀ ਗੱਲ ਕਰੀਏ ਬੜੇ ਹੀ ਹਸਮੁਖ ਸਤਸੰਗਤ, ਮੌਤ ਇੱਕ ਗੱਲ ਸਚਾਈ ਹੈ, ਇਸ ਨੇ ਛੋਟੇ ਨੂੰ ਵੀ ਆਉਣਾ, ਵੱਡੇ ਨੂੰ ਵੀ ਆਉਣਾ, ਰਾਜੇ ਨੂੰ ਵੀ ਆਉਣਾ, ਡੰਕ ਨੂੰ ਵੀ ਆਉਣਾ। ਲੇਕਿਨ ਆਪਾਂ ਨੂੰ ਸਾਡੇ ਗ੍ਰੰਥ, ਸਾਡੇ ਗੁਰੂ ਇਸ ਮੌਤ ਦੇ ਗਮ ਨੂੰ ਘੱਟ ਕਰਨ ਵਾਸਤੇ ਪ੍ਰੇਰਨਾ ਦੇ ਉਦੇਸ਼ ਦਿਆ ਕਰਦੇ ਨੇ। ਸਭ ਨੂੰ ਪਤਾ ਕਿ ਅੱਜ ਅਸੀਂ
ਖੁਸ਼ੀ ਰਾਮ ਜੀ ਦੀ ਅੰਤਮ ਅਰਦਾਸ ਸ਼ਾਮਿਲ ਹੋਏ ਹਾਂ, ਜਿਸ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਮੁੱਖ ਲੀਡਰ ਸਾਹਿਬਾਨ ਵੀ ਸ਼ਾਮਿਲ ਹੋਏ ਹੈ। ਮੈਂ ਸਮਝਦਾ ਕਿ ਜਿਹੜਾ ਪਰਿਵਾਰ ਅੱਜ ਤੋਂ 2-2.5 ਮਹੀਨੇ ਪਹਿਲਾਂ ਬੜੇ ਹੀ ਸੱਚੇ ਢੰਗ ਨਾਲ ਤੁਸੀਂ ਸਮਝੇ ਵੀ ਬੱਚਿਆਂ ਵਰਗੇ ਜਿਹੜੇ ਵੱਡੇ ਭਾਈ ਹੁੰਦੇ ਨੇ, ਮਾਪੇ ਹੁੰਦੇ ਨੇ, ਅਤੇ ਸਾਨੂੰ ਪੂਰੀ ਆਸ ਹੈ ਕਿ ਦੂਜਿਆਂ ਬੱਚਿਆਂ 'ਤੇ ਤੁਸੀਂ ਇਸੇ ਤਰ੍ਹਾਂ ਫਿਰ ਹੱਥ ਰੱਖਣੇ ਅਤੇ ਸੋਨੂੰ ਅਤੇ ਮੋਨੂੰ ਜੀ ਇਹਨਾਂ ਨੂੰ ਪੰਜਾਬ ਵੀ ਖੁਸ਼ੀ ਆਮ ਜੀ ਨੇ ਵੀ ਆਪਣੇ ਕਾਰੋਬਾਰ ਕਰਦੇ ਨੇ ਨਾਲ ਹੀ ਇਹਨਾਂ ਨੂੰ ਸਾਰੇ ਜਿੰਨੇ ਵੀ ਇੱਥੇ ਪਹੁੰਚੇ ਨੇ ਸਾਰੇ ਲਾਹੇ ਬਹੁਤ ਬਹੁਤ ਧੰਨਵਾਦ। ਸਤਿ ਸਾਹਿਬ, ਸਤਿ ਸਾਹਿਬ, ਸਤਿ ਸਾਹਿਬ। See you.
ਸੋੜ ਕਬੀਰ ਹੈ।
ਹਿਰਦੇ ਸਮੁੰਦਰ ਸੇਵਾ ਤੋਂ ਹੋਈ ਹੋਈ ਅੰਮ੍ਰਿਤਮਈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅੱਜ ਹੀ ਆਪ ਜੀ ਨੂੰ ਬਿਠਾ ਕਰਕੇ ਮੇਰੇ ਸਤਿਗੁਰੂ ਬੰਦੀ ਛੋੜ ਮਹਾਰਾਜ ਜੀ ਹੋਰ ਪੂਰਾ ਕੀਤਾ ਹੈ। ਜਿਸ ਬਾਣੀ ਨੂੰ ਲੈ ਕਰਕੇ ਮੇਰੇ ਸਤਿਗੁਰੂ ਬੰਦੀ ਛੋੜ ਜੀ ਮਹਾਰਾਜ ਜਿੰਨੇ ਵੀ ਆਪ ਜੀ ਦੇ ਪ੍ਰੇਮੀ ਬਾਤ ਖੁਸ਼ੀ ਨਾਮ ਦੀ ਖੇਪਣ ਉਹਨਾਂ ਦੇ ਪਰਿਵਾਰ ਰਿਸ਼ਤੇਦਾਰ ਮਿੱਤਰਗਣ ਪਿੰਡ ਵਾਸੀ ਜੋ ਵੀ ਉਹਨਾਂ ਦੇ ਨੇੜੇ ਨੇੜੇ ਹੈ ਮੇਰੇ ਸਤਿਗੁਰੂ ਬੰਦੀ ਛੋੜ ਮਹਾਰਾਜ ਸਾਰਿਆਂ ਨੂੰ ਆਪਣੇ ਸ਼ਰਧਾ ਸੁਮਨ ਪੱਤਰ ਅਰਪਣ ਕੀਤੇ ਹੈ। ਸਭ ਕੇ ਸਬੰਗੀਕਾਰ ਕਰਦੇ ਹੋਇਆਂ ਆਪਣੇ ਖਜ਼ਾਨੇ ਵਿੱਚ ਇਨਾਮ ਦਾਨ ਬਖਸ਼ਦੇ ਹੋਇਆਂ ਸਾਰੀ ਦੀ ਸਾਰੀ ਸੰਗਤ ਦੇ ਸਿਰ ਦੇ ਉੱਪਰ ਆਪਣੀ ਦਇਆ ਦਾ ਪੰਜਾ ਹਮੇਸ਼ਾ ਹਮੇਸ਼ਾ ਲਈ ਬਣਾਏ ਰੱਖਣਾ। ਮੇਰੇ ਸਤਿਗੁਰੂ ਬੰਦੀ ਛੋੜ ਦੁਆਰਾ ਪਾਠ ਕਰਦੇ ਹੋਇਆਂ ਕਿਸੇ ਵੀ ਪ੍ਰਕਾਰ ਸੇ ਕੋਈ ਕਮੀ ਕੋਈ ਤਰੁਟੀ ਕੋਈ ਗਲਤੀ ਮਹਿਸੂਸ ਹੁੰਦੀ ਹੋ ਮੇਰੇ ਸਤਿਗੁਰੂ ਬੰਦੀ ਛੋੜ ਮਹਾਰਾਜ ਨੂੰ ਸ਼ਮਾ ਕਰਦੇ ਹੋਇਆਂ ਆਪਣੇ ਭਗਤਾਂ ਦੇ ਮੁੱਖ ਸੇ ਨਿਕਲਣ ਦੀ ਬਾਣੀ ਨੂੰ ਅਗਿਆਨਤਾ ਤੇ ਬੱਚੇ ਸਮਝਦੇ ਹੋਏ ਸ਼ਮਾ ਕਰਨਾ ਔਰ ਅੱਗੇ ਦੇ ਵਾਸਤੇ ਸੁਭ ਕਰਨੇ ਪਾਠ ਕਰਨੇ ਦਾ ਬਲ ਬਖਸ਼ਣਾ। ਗਰਬਾਂ ਦੇ ਕਿਸੇ ਵੀ ਪ੍ਰਕਾਰ ਦੇ ਵਿਵਹਾਰ ਦੇ ਭਾਵ ਤੇ ਕੋਈ ਕਮੀ ਮਹਿਸੂਸ ਹੁੰਦੀ ਉਸੇ ਵਿੱਚ ਸ਼ਮਾ ਕਰਦੇ ਹੋ ਮੇਰੇ ਸਤਿਗੁਰੂ ਬੰਦੀ ਛੋੜ ਮਹਾਰਾਜ ਅੱਗੇ ਦੇ ਵਾਸਤੇ ਦਿਨ ਦੋਗਣੇ ਰਾਤ ਚੋਗਣੇ ਸਾਰਿਆਂ ਦੇ ਹਿਰਦੇ ਚੱਪਣੇ ਚਰਨਾਂ ਦੇ ਪ੍ਰਤੀ ਸ਼ਰਧਾ ਪ੍ਰੇਮ ਭਾਵ ਹਮੇਸ਼ਾ ਹਮੇਸ਼ਾ ਲਈ ਬਚੋ। ਮੇਰੇ ਸਤਿਗੁਰੂ ਬੰਦੀ ਛੋੜ ਮਹਾਰਾਜ ਜਿਸ ਵਕਤ ਦਾ ਅੱਜ ਘੱਟ ਮਹਿਸੂਸ ਹੁੰਦਾ ਹੈ ਮੇਰੇ ਸਤਿਗੁਰੂ ਬੰਦੀ ਛੋੜ ਮਹਾਰਾਜ ਜਿੱਦਾਂ ਕਿ ਤੁਸੀਂ ਆਪਣੀ ਬਾਣੀ 'ਚ ਖੁਦ ਵਖਾਣ ਕਰਦੇ ਹੋ ਕਾਹੇ ਕੋ ਕਲਪਤ ਫਿਰੇ ਕਰ ਸੇਵਾ ਨੇ ਕਾਮ ਮਨ ਇੱਛਾ ਫਲ ਦੇ ਤੈਂ ਪਰਾਂ ਦਾ ਨਿਸ਼ੋ ਕਾਮ। ਮੇਰੇ ਸਤਿਗੁਰੂ ਬੰਦੀ ਛੋੜ ਮਹਾਰਾਜ ਆਪ ਜੀ ਦੇ ਚਰਨਾਂ 'ਚ ਅੱਜ ਸਾਰੇ ਦੇ ਸਾਰੇ ਭਗਤਾਂ ਦਾ ਕੰਮ ਹੈ ਸਾਰੇ ਪਰਿਵਾਰ ਦਾ ਕੰਮ ਹੈ ਤਾਂ ਕਿਸੇ ਪ੍ਰਕਾਰ ਦੇ ਉਹਨਾਂ ਦੇ ਹਿਰਦੇ 'ਚ ਕੋਈ ਠੇਸ ਨਹੀਂ ਪਹੁੰਚਣੀ ਚਾਹੀਦੀ ਕੋਈ ਅਗਿਆਨਤਾ ਦੀ ਭੂਮਿਕਾ ਉਹਨਾਂ ਦੇ ਹਿਰਦੇ 'ਚ ਨਹੀਂ ਰਹਿਣੀ ਚਾਹੀਦੀ ਕਿਉਂਕਿ ਤੁਸੀਂ ਆਪਣੀ ਬਾਣੀ 'ਚ ਖੁਦ ਵਖਾਣ ਕਰਦੇ ਹੋ ਭਗਤੀ ਮੁਕਤੀ ਕੇ ਦਾਤਾ ਸਤਿਗੁਰੂ ਭਟਕਤ ਪ੍ਰਾਣ ਫਿਰਨ ਦਾ ਉਸ ਸਾਹਿਬ ਕੇ ਹੁਕਮ ਬਿਨਾਂ ਨਹੀਂ ਤਲਵਰ ਪਾ ਲੈਂਦਾ ਤੁਹਾਡੀ ਇੱਛਾ ਦੇ ਬਗੈਰ ਪਿੰਡ ਦਾ ਪਤਾ ਵੀ ਨਹੀਂ ਸਕਦਾ ਤਾਂ ਸਾਰਿਆਂ ਦੇ ਹਿਰਦੇ 'ਚ ਉਹਨਾਂ ਦੇ ਪ੍ਰਤੀ ਭਾਵ ਹੀ ਨਹੀਂ ਸ਼ਰਧਾਂਜਲੀ ਸਮਾਰੋਹ ਦੇ ਅੰਦਰ ਮੇਰੇ ਸਤਿਗੁਰੂ ਬੰਦੀ ਛੋੜ ਹਿੰਮਤ ਬਖਸ਼ਣਾ ਬਲ ਬਖਸ਼ਣਾ ਬੁੱਧੀ ਬਖਸ਼ਣਾ ਵਿਚਾਰ ਬਖਸ਼ਣਾ ਇਹਨਾਂ ਦੀ ਅਭਿਲਾਸ਼ਾ ਸਾਰੇ ਦੀ ਸਾਰੀ ਸੰਗਤ ਆਪ ਜੀ ਦੇ ਚਰਨਾਂ 'ਚ ਕਰਦੇ ਹਨ। ਆਪ ਜੀ ਦਾ ਕੜਾ ਪ੍ਰਸਾਦ ਤਿਆਰ ਹੈ ਆਪ ਜੀ ਨੂੰ ਭੋਗ ਲੱਗੇ ਆਪ ਜੀ ਦਾ ਅਸੀਂ ਪ੍ਰਸਾਦ ਆਪ ਦੇ ਪਿਆਰੇ ਸੰਤਾਂ ਨੂੰ ਤੇ ਸਾਰੀ ਦੀ ਸਾਰੀ ਸੰਗਤ ਨੂੰ। ਬੋਲ ਸ੍ਰੀ ਸਤਿਗੁਰੂ ਮਹਾਰਾਜ ਕੀ ਜੈਕਾਰਾ ਕਾਹਦੇ ਵਾਸਤੇ ਬੋਲਿਆ ਜਾਂਦਾ ਹੈ ਜੈਕਾਰਾ ਬੋਲਦੇ ਹੈ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਹੋਇਆ ਕਿਉਂਕਿ ਆਤਮਾ ਪਰਮਾਤਮਾ ਇੱਕ ਸਰੂਪ ਹੈਗਾ ਔਰ ਆਤਮਾ ਪਰਮਾਤਮਾ ਨੂੰ ਪੁਕਾਰਦੀ ਹੈ ਤਾਂ ਪਰਮਾਤਮਾ ਹਰ ਹਮੇਸ਼ਾ ਉਹਦੀ ਆਵਾਜ਼ ਸੁਣਨ ਦੇ ਲਈ ਮਜਬੂਰ ਹੋ ਜਾਂਦੇ ਹੈ ਔਰ ਆਪਣੇ ਜੀਵਨ ਦੇ ਅੰਦਰ ਜਿੰਨੇ ਵੀ ਪਾਪ ਹੁੰਦੇ ਹੈ ਉਹਨਾਂ ਨੂੰ ਨਾਸ਼ ਕਰ ਦਿੰਦੇ ਹੈ ਔਰ ਪੁੰਨ ਕਰਦੇ ਕਹਿੰਦੇ ਸੁੱਖ ਦੇਣਾ ਦੁੱਖ ਵੇਖਣਾ ਤਾਜ਼ਾ ਰੱਖ ਕੇ ਤਨ ਸਾਡੇ ਦੁੱਖਾਂ ਨੂੰ ਕਾਟ ਕਰਕੇ ਸੁੱਖ ਦਿੰਦੇ ਹੈ ਔਰ ਜੀਵਨ ਇਹ ਸਰੀਰ ਇਹ ਮਨ ਇਹ ਬੁੱਧੀ ਸਾਰੀ ਦੀ ਸਾਰੀ ਤਾਜ਼ਾ ਰਹਿੰਦੀ ਹੈ ਔਰ ਉਹਨਾਂ ਦੇ ਚਰਨਾਂ 'ਚ ਰਹਿੰਦੀ ਹੈ। ਜਿਹਨਾਂ ਜ਼ੋਰ ਸੇ ਜੈਕਾਰਾ ਬੋਲਿਆ ਜਾਂਦਾ ਹੈ ਉਹਨੀ ਛੱਤੀ ਸਾਡੇ ਜੀਵਨ ਦੇ ਪਾਪ ਨਸ਼ਟ ਹੁੰਦੇ ਹਨ ਤੇ ਜੈਕਾਰੇ ਬੋਲਣ ਦੇ ਅੰਦਰ ਕਹਿੰਦੇ ਨਾ ਹਰਦੀ ਲੱਗਦੀ ਨਾ ਫਿਖੜੀ ਲੱਗਦੀ ਨਾ ਕੋਈ ਦਾਮ ਲੱਗਦਾ ਔਰ ਫਰੀ ਦੇ ਅੰਦਰ ਪਾਪਾਂ ਦਾ ਨਾਸ ਹੁੰਦੇ ਪੂਰਾ ਦੀ ਪ੍ਰਾਪਤੀ ਹੁੰਦੀ ਹੈ ਇਸ ਲਈ ਜੈਕਾਰੇ ਵੀ ਕੰਜੂਸੀ ਨਹੀਂ ਵਰਤਣੀ ਚਾਹੀਦੀ। ਬੋਲ ਸ੍ਰੀ ਸਤਿਗੁਰੂ ਮਹਾਰਾਜ ਕੀ ਬੰਦੀ ਛੋੜ ਮਹਾਰਾਜ ਕੀ ਸ੍ਰੀ ਛੁਡਾਣੇ ਧਾਮ ਕੀ ਸਰਵ ਧਾਮੋ ਕੀ ਸਰਵ ਸੰਤੋ ਕੀ ਸਰਵ ਭਕਤੋ ਕੀ ਧਨ ਪੁਰਸੋ ਕੀ ਗਉ ਮਾਤਾ ਕੀ ਗੰਗਾ ਮਈਆ ਕੀ ਨਗਰ ਖੇੜੇ ਕੀ ਸਤਿਗੁਰੂ ਸਵਾਮੀ ਦਿਆਨੰਦ ਜੀ ਮਹਾਰਾਜ ਕੀ ਸਤਿਗੁਰੂ ਸਵਾਮੀ ਭੂਰੀ ਵਾਲੇ ਮਹਾਰਾਜ ਕੀ
ਸਤਿਗੁਰੂ ਸੋਹਣੀ ਅਭੁਨ ਜੀ ਮਹਾਰਾਜ ਕੀ ਜੈ। ਸਤਿਗੁਰੂ ਸੋਹਣੀ ਬ੍ਰਹਮਚਾਰੀ ਜੀ ਢਿਲੋਲੇ ਮਹਾਰਾਜ ਕੀ ਜੈ। ਸਤਿਗੁਰੂ ਸੋਹਣੀ ਲਾਲਦਾਸ ਜੀ ਮਹਾਰਾਜ ਕੀ ਜੈ। ਸਤਿਗੁਰੂ ਸੋਹਣੀ ਪੂਰਨਦਾਸ ਜੀ ਮਹਾਰਾਜ ਕੀ ਜੈ। ਆਪਣੇ ਆਪਣੇ ਪੂਜ ਗੁਰਦੇਵ ਮਹਾਰਾਜ ਕੀ ਜੈ। ਆਪਣੇ ਆਪਣੇ ਪੂਜ ਮਾਤਾ ਪਿਤਾ ਕੀ ਜੈ। ਸਤਿ ਸਾਈ ਸਤਿ ਸਾਈ ਸਤਿ ਸਾਈ। ਆਪਣੇ ਆਪਣੇ ਥਾਂ ਤੇ ਨਮਸਕਾਰ ਕਰਦੇ ਹੋ ਬੈਠ ਜਾਣ ਕੇ ਸੁਸਰਾਲ ਭੇਜਦੇ ਹਾਂ ਔਰ ਉਹ ਸੁਸਰਾਲ ਜਾਂਦੇ ਹੋਇਆਂ ਆਪਣੇ ਮਾਂ ਔਰ ਪਿਓ ਦੀ ਲਾਜ ਰੱਖਦੇ ਹੋਇਆਂ ਜਿਸ ਘਰ ਦੇ ਅੰਦਰ ਜਾਂਦੇ ਹੈ ਉਸ ਘਰ ਨੂੰ ਆਪਣਾ ਬਣਾਉਂਦੇ ਹੈ ਔਰ ਧੀਰੇ ਧੀਰੇ ਉਸ ਘਰ ਦੇ ਅੰਦਰ ਆਪਣੇ ਆਪ ਨੂੰ ਸੁਪਰਦ ਕਰਦੇ ਹੋਇਆਂ ਉਹ ਪੇਕਿਆਂ ਨੂੰ ਭੁੱਲ ਜਾਂਦੇ ਔਰ ਪੇਕਿਆਂ ਦੇ ਵਾਸਤੇ ਆਪਣੇ ਕੋਲ ਟਾਈਮ ਵੀ ਨਹੀਂ ਹੁੰਦਾ। ਇਸੇ ਪ੍ਰਕਾਰ ਜਿੰਨੀ ਵੀ ਰੂਹ ਆਤਮਾ ਹਨ ਇਹ ਸਾਰੇ ਦੀ ਸਾਰੇ ਪਰਮ ਪਿਤਾ ਪਰਮਾਤਮਾ ਆਪਣੇ ਪਿਓ ਦੇ ਘਰ ਆਏ ਹਨ ਔਰ ਇੱਥੇ ਨਰਕ ਲੋਕ ਦੇ ਅੰਦਰ ਸੁਸਰਾਲ ਦੀ ਤਰ੍ਹਾਂ ਵਿਵਹਾਰ ਕਰਦੇ ਹੋਇਆ ਆਪਣੇ ਅਸਲ ਘਰ ਨੂੰ ਭੁੱਲਦੇ ਹੋਇਆ ਆਪਣੇ ਪੇਕੇ ਨੂੰ ਭੁੱਲਦੇ ਹੋਇਆ ਇਹ ਸੁਸਰਾਲ ਦਾ ਘਰ ਆਪਣਾ ਘਰ ਮੰਨ ਲੈਂਦੇ ਹਨ ਤੇ ਪਰਮ ਪਿਤਾ ਪਰਮਾਤਮਾ ਜਦ ਖੁਦ ਨਾਰਾਇਣ ਅਵਤਾਰ ਲੈ ਕਰਕੇ ਆਉਂਦੇ ਹੈ ਉਹ ਵੀ ਆਪਣਾ ਕਾਰਜ ਪੂਰਾ ਕਰਕੇ ਫਿਰ ਆਪਣੇ ਲੋਕ ਵਿੱਚ ਵਾਪਸ ਜਾਂਦੇ ਆਪਣੇ ਘਰ ਵਾਪਸ ਜਾਂਦੇ ਉਹ ਖੇਪੜ ਸਾਹਿਬ ਜੋ ਕਿ ਉਹਨਾਂ ਦੇ ਠੀਕ 2 ਮਹੀਨੇ ਪਹਿਲੇ ਉਹਨਾਂ ਦੇ ਛੋਟੇ ਭਰਾ ਆਪਣੇ ਘਰ ਪਹੁੰਚ ਗਏ ਜਿੱਦਾਂ ਕਿ ਰਾਮ ਰਾਜ ਦੇ ਅੰਦਰ ਇਦਾਂ ਦਾ ਸਿਸਟਮ ਬਣਾਇਆ ਸੀ ਕਿ ਪਹਿਲੇ ਬੜੇ ਜਾਂਦੇ ਔਰ ਫਿਰ ਛੋਟੇ ਜਾਂਦੇ ਕੋਈ ਵੀ ਜ਼ਿਆਦਾ ਇਤਿਹਾਸ ਨਹੀਂ ਹੁੰਦਾ ਕਿ ਬੜੇ ਬਾਅਦ ਮੈਂ ਗਏ ਹਾਂ ਔਰ ਛੋਟੇ ਪਹਿਲੇ ਚਲੇ ਗਏ ਹਾਂ ਤੇ ਅੱਜ ਕਿਸੇ ਨੂੰ ਕੋਈ ਕਿਸੇ ਪ੍ਰਕਾਰ ਦਾ ਨਿਯਮ ਨਹੀਂ ਹੈਗਾ ਔਰ ਪਰਮ ਪਿਤਾ ਪਰਮਾਤਮਾ ਨੇ ਜਿਹੜੇ ਜਿੱਥੇ ਵੀ ਲੋੜ ਹੁੰਦੀ ਹੈ ਉੱਥੇ ਉਹਦੇ ਡਿਊਟੀ ਲਗਾ ਦਿੰਦੇ ਜਿੱਦਾਂ ਕਿ ਇਸ ਘਰ ਦੇ ਅੰਦਰ ਉਹ ਖੁਸ਼ੀ ਨਾਮ ਦੇ ਚਾਰੋਂ ਭਰਾਵਾਂ ਦੇ ਅੰਦਰ ਪਹਿਲੇ ਸਭ ਤੋਂ ਛੋਟਾ ਔਰ ਫਿਰ ਇਹ ਖੁਸ਼ੀ ਰਾਮ ਜੀ ਖੁਦ 3 ਨੰਬਰ ਦਾ ਇਹ ਆਪਣੇ ਚੜਾਈ ਕਰਦੇ ਹੋਇਆ ਪਿੱਛੇ ਪੂਰਾ ਦਾ ਪੂਰਾ ਇਹ ਬਾਗ ਬਗੀਚਾ ਇੱਥੇ ਜਿੱਦਾਂ ਕਿ ਬੱਚਿਆਂ ਦੇ ਰੂਪ ਵਿੱਚ 2 ਬੱਚੇ 1 ਬੱਚੀ ਔਰ ਮੈਂ ਦੇਖਦਾ ਬਰਾਬਰ ਨੂੰ ਜੋ ਫੋਟੋ ਲਗਾ ਹੋਇਆ ਹੈ ਕਿ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਕਿਸ ਲਾਇਕ ਬਣਾਇਆ ਜੋ ਦੇਸ਼ ਦੀ ਪੂਰੀ ਪਾਵਰ ਹੈਗੀ ਉਹ ਆਪਣੇ ਹੱਥਾਂ ਤੇ ਉਹਨਾਂ ਨੂੰ ਸ਼ਾਬਾਸ਼ੀ ਦਿੰਦੇ ਹਨ ਉਪਹਾਰ ਦਿੰਦੇ ਹਨ ਇਦਾਂ ਦੀ ਆਤਮਾ ਉਹ ਪਰਮ ਪਿਤਾ ਪਰਮਾਤਮਾ ਖੁਦ ਨੂੰ ਆਪਣਾ ਰੂਹ ਦੇ ਕਰਕੇ ਆਪਣੀ ਸ਼ਕਤੀ ਦੇ ਕਰਕੇ ਇਹ ਧਰਤੀ 'ਚ ਦੇਖਦੇ ਹਨ ਜਿਹਨਾਂ ਕਿ ਸਤਿਗੁਰੂ ਕਹਿੰਦੇ ਹਨ ਨਰ ਦੇ ਹੀ ਨਾਰਾਇਣ ਦੇ ਹੀ ਤੂੰ ਮਤ ਜਾਣਾ ਦੇ ਜੇ ਸਮਝੇ ਤੋ ਸਮਝ ਲੇ ਖਲਕ ਪਲਕ ਮਖੇ ਨਰ ਦੇ ਹੀ ਸਾਧਨ ਜੀਵਨ ਔਰ ਜਨਮ ਹੈ ਬਾਕੀ ਜਿਹੜੇ ਵੀ ਯੋਨੀਆਂ ਹੈ ਉਹ ਕਿਸੇ ਵੀ ਯੋਨੀ ਦੇ ਅੰਦਰ ਪਰਮਾਤਮਾ ਦਾ ਸਿਮਰਨ ਪਰਮਾਤਮਾ ਦੇ ਭਗਤ ਪਰਮਾਤਮਾ ਦਾ ਭਜਨ ਉਹ ਨਹੀਂ ਕਰ ਸਕਦੇ ਕਿਉਂਕਿ ਕਹਿੰਦੇ ਹੈ ਮਾਤ ਪਿਤਾ ਮਿਲ ਜਾਣਗੇ ਲੱਖ 84 ਮਾਹੀ ਬਦਲ ਬੰਦਗੀ ਔਰ ਗੁਰਦੇਵ ਦਾ ਮਿਲਨ ਇਹ ਮਨੁੱਖ ਯੋਨੀ ਦੇ ਅੰਦਰ ਹੀ ਹੁੰਦਾ ਹੈ ਬਾਕੀ ਨਹੀਂ ਹੁੰਦਾ ਔਰ ਪਰਮ ਪਿਤਾ ਪਰਮਾਤਮਾ ਨੇ ਬਣਾਇਆ ਕਿਆ ਹੈ ਜਿਹਦਾ ਪਰਮ ਪਿਤਾ ਪਰਮਾਤਮਾ ਭਗਵਾਨ ਸ਼ੰਕਰ ਦੇ ਮੁਖ ਚ ਬੋਲਦੇ ਹੈ ਸ਼ਿਵ ਸ਼ੰਕਰ ਮਹਾਦੇਵ ਮੁਨੀਸ਼ਵਰ ਯੋਗ ਕਲਾ ਵਿਸਤਾਰੀ ਹੈ ਇੱਕ ਬੀਜ ਪਿੰਡ ਬ੍ਰਹਮੰਡ ਮੇ ਕੋਈ ਪੁਰਸ਼ਾ ਕੋਈ ਨਾਰੀ ਹੈ
ਉਸ ਭਗਵਾਨ ਸ਼ੰਕਰ ਮੁਨੀ ਜਿਹਨੇ ਵੀ ਇਸ ਧਰਤੀ ਦੇ ਉੱਪਰ ਯੋਗ ਹੋਏ ਨੇ, ਆਪਣੇ ਯੋਗ ਕਲਾਸੇ ਆਪਣੀ ਵਾਣੀ ਨੂੰ ਵਿਸਤਾਰ ਕਰਦੇ ਹਨ, ਜਨਤਾ ਨੂੰ ਚੇਤਾਉਂਦੇ ਹਨ ਕਿ ਸੰਸਾਰ ਦੇ ਅੰਦਰ ਬ੍ਰਹਮੰਡ ਦੇ ਅੰਦਰ ਇੱਕੋ ਹੀ ਪਰਮ ਪਿਤਾ ਪਰਮਾਤਮਾ ਦੇ ਨਾਂ ਦਾ ਬੀਜ ਹੈ। ਔਰ ਉਹੀ ਬੀਜ ਕਈ ਪੁਰਸ਼ ਬਣ ਕਰਕੇ ਆਇਆ ਹੈ, ਕਈ ਨਾਰੀ ਬਣ ਕਰਕੇ ਆਇਆ ਹੈ, ਚਾਹੇ ਉਹਨੇ ਕਿਸੇ ਦੀ ਵੀ ਹੋ, ਇਸਰੀ ਲਈ ਉਹ ਪੁਲ ਹੁੰਦਾ ਹੈ। ਇਸ ਲਈ ਪਰਮ ਪਿਤਾ ਪਰਮਾਤਮਾ ਸ਼ਬਦ ਅੰਮ੍ਰਿਤ ਛੋੜ ਮਹਾਰਾਜ ਆਪਣੀ ਵਾਣੀ ਖੁਲ ਬਖਾਨ ਕਰਦੇ ਹੈ, ਅਨੰਤ ਅਨੰਤ ਪਿੰਡ ਬ੍ਰਹਮੰਡ ਪਿੰਡ ਮੇ ਸੋਰਤ ਮੂਰਤ ਇਹਦੇ ਖਾਲੀ ਹੈ। ਇਸੇ ਪ੍ਰਕਾਰ ਅਨੰਤ ਪਿੰਡ ਹਮੇਸ਼ ਪੂਰੇ ਪੂਰੇ ਬ੍ਰਹਮੰਡ ਦੇ ਅੰਦਰ ਸਭ ਦੀ ਸੋਰਤ ਔਰ ਮੂਰਤ ਸਭ ਦੀ ਵੱਖਰੀ ਵੱਖਰੀ ਹਨ। ਤਾਂ ਅੱਜ ਜਿਹੜਾ ਆਪਾਂ ਸਾਰੇ ਦੇ ਸਾਰੇ ਇੱਥੇ ਬੈਠੇ ਹਨ, ਜਿਹਨਾਂ ਦੀ ਆਪਾਂ ਅੱਜ ਇਹ ਸੋਰਤ ਸੀ ਮਨਾ ਰਹੇ ਹਨ, ਉਹਨਾਂ ਦਾ ਸੋਰਤ ਵੀ ਔਰ ਮੂਰਤ ਵੀ ਮੂਰਤ ਮੰਨ ਕੇ ਦੇਖਦੇ ਤਾਂ ਹਰ ਬੰਦਾ ਉਹਨਾਂ ਦੇ ਪ੍ਰਭਾਵਿਤ ਹੁੰਦਾ ਔਰ ਉਹਨਾਂ ਦੇ ਸੋਰਤ ਉਹਨਾਂ ਦੇ ਵਿਚਾਰ ਦੇਖਦੇ ਤਾਂ ਪਰਮ ਪਿਤਾ ਪਰਮਾਤਮਾ ਸਤਿਗੁਰੂ ਬੰਦੀਸ਼ਵਰ ਮਹਾਰਾਜ ਗੁਰੂਆਂ ਦੇ ਪਤੇ ਸ਼ਰਧਾ ਦੇਖਦੇ ਔਰ ਸ਼ਰਧਾ ਨੂੰ ਦੇਖਦੇ ਹੋਇਆ ਅੱਜ ਇੱਥੇ ਮਹਾਂਪੁਰਸ਼ ਜੋ ਇਸ ਬਾਣੀ ਨੂੰ ਭੋਗ ਪਾ ਰਹੇ ਹਨ। ਤੇ ਬਗਲ ਮੇ ਖੜੇ ਮੇਰੇ ਪੂਜਯ ਸਵਾਮੀ ਤੋਲਦਾਸ ਜੀ ਮਹਾਰਾਜ ਸਿੰਘ ਜੀ ਦੇ ਪਰਮ ਸ਼ਿਸ਼ੇ ਪੂਜਯ ਸਵਾਮੀ ਕਰਮਦਾਸ ਜੀ ਮਹਾਰਾਜ, ਔਰ ਦਾਏ ਤਰਫ ਆਪ ਦੇਖ ਰਹੇ ਹਨ ਕਿ ਪੂਜਯ ਸਵਾਮੀ ਗੰਗਾਨੰਦ ਜੀ ਮਹਾਰਾਜ ਸੇ ਚਲਦੇ ਚਲਦੇ ਆਪਾਂ ਦੇਖਦੇ ਹਾਂ ਪੂਜਯ ਸਵਾਮੀ ਅਨੁਭਵਾਨੰਦ ਜੀ ਮਹਾਰਾਜ ਦੇ ਪਰਮ ਸ਼ਿਸ਼ੇ ਜੋ ਕਿ ਨਏ ਨਏ ਤੁਹਾਨੂੰ ਨਜ਼ਰ ਆਉਂਦੇ ਹੈ, ਜਿਹਦਾ ਇਹ ਨਏ ਨਏ ਨਜ਼ਰ ਆਉਂਦੇ ਹੈ, ਇਸੇ ਪ੍ਰਕਾਰ ਤੋਂ ਪੁਰਾਣੇ ਹੋ ਕਰਕੇ ਇਸ ਜਗਤ ਵਿੱਚ ਆਪਣੇ ਭਗਤੋਂ ਦਾ ਉਧਾਰ ਕਰਦੇ ਹਨ। ਤੇ ਹਰ ਆਤਮਾ ਦੇ ਵਾਸਤੇ ਇੱਥੇ ਆਪਾਂ ਬੈਠੇ ਹਨ ਤੇ ਬੇੜਾ ਦੇ ਅੰਦਰ ਉਸ ਪਰਮ ਪਿਤਾ ਪਰਮਾਤਮਾ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਉਸੀ ਆਤਮਾ ਦੇ ਲਈ ਜੋੜਿਆ ਜਾਂਦਾ ਹੈ ਜੋ ਆਤਮਾ ਬਹੁਤ ਪੁਨਰਵਾਨ ਹੁੰਦੀ ਹੈ। ਔਰ ਪੁਨਰਵਾਨ ਆਤਮਾ ਨਾ ਕਦੇ ਜਨਮਦੀ ਹੈ ਨਾ ਕਦੇ ਮਰਦੀ ਹੈ, ਉਹ ਤੋਂ ਪਰਮ ਪਿਤਾ ਪਰਮਾਤਮਾ ਦੀ ਡਿਊਟੀ ਵਜਾਉਂਦੀ ਹੈ, ਹਾਜ਼ਰੀ ਵਜਾਉਂਦੀ ਹੈ। ਤੋ ਅੱਜ ਹਮਾਰੇ ਵਿੱਚ ਜੋ ਪਰਮ ਪਿਤਾ ਪਰਮਾਤਮਾ ਆਪਣੀ ਹਾਜ਼ਰੀ ਚ ਡਿਊਟੀ ਲਗਾਈ ਔਰ ਅੱਜ ਕਿੱਥੇ ਡਿਊਟੀ ਦੇ ਦਿੱਤੀ ਉਹਨਾਂ ਦੇ ਬਾਰੇ ਜਿੱਦਾਂ ਸਤਿਗੁਰ ਬੰਦੀਸ਼ਵਰ ਮਹਾਰਾਜ ਖੁਦ ਇਸ ਮੁਕਤ ਲੋਕ ਸੇ ਪਲਾਇਨ ਕਰਨੇ ਲਗੇ ਤੋ ਫਿਰ ਆਪਣੇ ਭਗਤ ਉਹਨਾਂ ਮਹਾਂਪੁਰਸ਼ਾਂ ਦੇ ਵਿੱਚ ਇੱਕ ਮਹਾਂਪੁਰਸ਼ ਚੜ੍ਹਾਈ ਕਰ ਗਏ ਜੋ ਕਿ ਉੱਥੇ 3 ਵਜੇ ਸੰਸਕਾਰ ਦਾ ਸਮਾਂ ਰੱਖਾ ਹੋਇਆ ਅਹਿਮਦਗੜ੍ਹ ਮੰਡੀ ਦੇ ਕੋਲ। ਤਾਂ ਸਾਨੂੰ ਜੇ ਜਾਣਾ ਪਊਗਾ ਕਿਉਂਕਿ ਜਿਸ ਗੱਡੀ ਦੇ ਉੱਪਰ ਅਸੀਂ ਬੈਠੇ ਹਨ ਉਸ ਗੱਡੀ ਦੀ ਜ਼ਿੰਮੇਵਾਰੀ ਬਣਦੀ ਹੈ, ਜਿੱਥੇ ਵੀ ਕੋਈ ਮਹਾਂਪੁਰਸ਼ਾਂ ਦੀ ਲੋੜ ਪੈਂਦੀ ਹੈ ਉੱਥੇ ਉਹ ਆਪਣੇ ਹੱਥਾਂ ਦੀ ਘਟਪੂਰੀ ਜ਼ਰੂਰ ਕਰਦੇ ਹਨ। ਤੇ ਜਿਹੜਾ ਸਤਿਗੁਰੂ ਬੰਦੀਸ਼ਵਰ ਇਸ ਸੰਸਾਰ ਦੇ ਖੁਦ ਇਸ ਦੇਹ ਨੂੰ ਛੱਡਣ ਦੇ ਵਾਸਤੇ ਤਿਆਰ ਹੋਏ ਤੇ ਭਗਤਾਂ ਦਾ ਮੋਹ ਭਗਤਾਂ ਦਾ ਪਿਆਰ ਭਗਤਾਂ ਦਾ ਲਾਡ ਦੇਖਾ ਤਾਂ ਉਹਨਾਂ ਦੇ ਅੰਧ ਕਪਾਟ ਨਾਮ ਸੇ ਖੋਲੇ ਸੁਰਤ ਪ੍ਰੇਮ ਚੜ ਹੰਸਾ ਝੂਲੇ ਜੋ ਆਖੇ ਹਮਾਰੀ ਮੋਹ ਦੇ ਬਸ ਅੰਧੀ ਹੈ ਜਾਂ ਬੰਦ ਹੈ ਉਹ ਨਾਮ ਸੇ ਖੁੱਲਦੇ ਹੈ। ਔਰ ਸਤਿਗੁਰੂ ਬੰਦੀਸ਼ਵਰ ਮਹਾਰਾਜ ਕਹਿੰਦੇ ਫਿਰ ਉਹ ਸੁਰਤ ਪ੍ਰੇਮ ਦੀ ਤਰ੍ਹਾਂ ਜੁੜਦੇ ਹੈ, ਫਿਰ ਉਹ ਕਿਸੇ ਪ੍ਰਕਾਰ ਸੇ ਸ਼ੁਭ ਨਹੀਂ ਮਨਾਉਂਦੇ ਅਸ਼ੁਭ ਨਹੀਂ ਸਮਝਦੇ ਔਰ ਮੋਹ ਦੇ ਅੰਦਰ ਕਿਸੇ ਵੀ ਚੜ੍ਹਾਈ ਕੀ ਹੋਏ ਬੰਦੇ ਨੂੰ ਰੋਂਦੇ ਨਹੀਂ, ਫਿਰ ਉਹ ਖੁਸ਼ੀ ਮਨਾਉਂਦੇ ਕਿਉਂਕਿ ਨਾ ਕੋਈ ਮਰਦਾ ਨਾ ਕੋਈ ਜਿੰਦਾ ਇਹ ਤਾਂ ਵਿਵਹਾਰ ਹੈ। ਕਹਿੰਦੇ ਹੈ ਸਤਿਗੁਰੂ ਬੰਦੀਸ਼ਵਰ ਜੀਵਨ ਮਨ ਜਿਹਾਨ ਨੇ ਸਹਿਜ ਹੈ ਵਿਵਹਾਰ ਇਸ ਵਿੱਚ ਚਿਤਨਾ ਦੀਜੀਏ ਸਤਿਗੁਰੂ ਕਹੇ ਪੁਕਾਰ। ਜਨਮਣਾ ਮਰਨਾ
ਉਸ ਕੁਦਰਤ ਦਾ, ਪਰਮ ਪਿਤਾ ਪਰਮਾਤਮਾ ਦਾ, ਸਤਿਗੁਰੂ ਬਿੰਦੇਸ਼ਵਰ ਮਹਾਰਾਜ ਦਾ ਸਹਿਜ ਹੀ ਵਿਵਹਾਰ ਹੈ, ਇਹ ਕਿਸੇ ਦੇ ਵਸ ਦਾ ਨਹੀਂ ਹੈ। ਜਦ ਬੱਚਾ ਪੈਦਾ ਹੁੰਦਾ ਹੈ ਤਾਂ ਆਪਾਂ ਕੁਛ ਵੀ ਕਰਦੇ ਰਹੇ, ਜਿਹਨਾਂ ਨੂੰ ਬੱਚੇ ਨੂੰ ਹੁੰਦੇ ਉਹ ਪਰਮ ਪਿਤਾ ਪਰਮਾਤਮਾ ਦੀ ਇੱਛਾ ਅਨੁਸਾਰ ਹੁੰਦੇ, ਔਰ ਜਿਹਨੂੰ ਤੋਂ ਬਾਅਦ ਮਨ ਜਮਾਉਂਦਾ ਹੈ ਤੇ ਆਪਾਂ ਨਹੀਂ ਸੋਚ ਸਕਦੇ ਕਿ ਕਿਹਦਾ ਬੰਦੇ ਨੂੰ ਜਾਣਾ ਹੈ। ਬੰਦੇ ਦੇ ਪੁੰਨ ਕਰਮ ਆਉਂਦੇ ਹੈ ਤਾਂ ਬੰਦਾ ਸਹਿਜ ਹੀ ਚਲਾ ਜਾਂਦਾ ਹੈ, ਔਰ ਜਦ ਕੋਈ ਕਰਮ ਇਸ ਜਗਤ ਵਿੱਚ ਖਰਾਬ ਹੁੰਦੇ ਹੈ, ਪ੍ਰਾਰਤ ਖਰਾਬ ਹੁੰਦਾ ਹੈ ਤਾਂ ਫਿਰ ਬਹੁਤ ਤੜਫਣਾ ਵੀ ਪੜਦਾ ਹੈ, ਦੁੱਖ ਵੀ ਉਠਾਉਣਾ ਪੜਦਾ ਹੈ, ਔਰ ਉੱਪਰ ਜੋ ਸੇਵਾਦਾਰ ਹੁੰਦੇ ਹੈ ਉਹ ਵੀ ਬੜੀ ਮੁਸ਼ਕਿਲ ਮੈਂ ਹੁੰਦੇ ਹੈ। ਤੇ ਸਤਿਗੁਰੂ ਬਿੰਦੇਸ਼ਵਰ ਮਹਾਰਾਜ ਆਪਣੇ ਹੁਣ ਹੰਸਾਂ ਨੂੰ ਨਹੀਂ ਛੱਡਦੇ, ਜਿਹੜਾ ਸਤਿਗੁਰ ਕਹਿੰਦੇ ਜੁਗਨ ਜੁਗਨ ਹੁਣ ਕਹਿੰਦੇ ਆਏ, ਭਵ ਸਾਗਰ ਸੇ ਜੀਵ ਛੁਟਾਏ, ਜੁਗ ਜੁਗ ਦੇ ਅੰਦਰ ਉਹ ਸਤਿਗੁਰੂ ਬਿੰਦੇਸ਼ਵਰ ਮਹਾਰਾਜ ਆਪਣੇ ਹੰਸਾਂ ਨੂੰ ਸਹਿਜ ਹੀ ਛੁਟਾ ਕਰਕੇ ਲੈ ਜਾਂਦੇ। ਤਾਂ ਸਤਿਗੁਰੂ ਜੀ ਕਿਆ ਕਹਿੰਦੇ ਹੈ, ਹਮ ਸਲਾਮੀ ਸਤਿਗੁਰ ਭੇਜੇ ਸਰ ਕਰਨ ਕੋ ਆਏ ਜੇ, ਹਮ ਸਤਿਗੁਰ ਭੇਜੇ ਸਰ ਕਰਨ ਕੋ ਆਏ ਜੇ, ਹਮ ਸਲਾਮੀ ਸਤਿਗੁਰ ਭੇਜੇ ਸਰ ਕਰਨ ਕੋ ਆਏ ਜੇ, ਹਮ ਸਲਾਮੀ ਸਤਿਗੁਰ ਸਤਿਗੁਰੂ ਸਹਿਲ ਕਰਨ ਕੋ ਆਏ ਜੇ।
चल रहे हैं और कुछ देख रहे भी हो, जब महापुरुष इस संसार से विदा लेकर के जाते हैं तो उन्होंने मगर मगर फूलों की वर्षा होती है, गाजे बाजे का आवाज छोड़ती है और जिन्हें भी संगत होती है नाश्ते कूद दी जाती है, चाहे वो संत महापुरुष की उम्र क्यों भी हो। क्यों? क्योंकि अपने घर जाते हैं तो असी बड़े खुशी से विदा करते हैं, तो आप इतने कहते हैं रोंदा फर जाए मरे की खबर लेके आए। अगर बंदा रोंदे हुए जाता है तो मरे की खबर लेकर के आते हैं। और हरियाणा कहते हैं गरे थे तो वार थी, गरे अच्छा आदरमान है तो वार भी आदरमान है, घर साधन बढ़िया है तो वार बढ़िया है। अगर असी इतने किसी ने रोंदे हुए विदा करते हैं या किसी के बाद में रोंदे हैं, वो रो आत्मा जितने भी होंगी है उन्होंने उत्ते उदा का एक व्यवहार मिल, उन्होंने हमेशा अपने चलना के वास दे और सारे के सारे परिवार को इस घाट बख्शन की शक्ति दे, विचार दे और भाव हमेशा हमेशा दे देते रहे। तो मैं ज्यादा ना बोलता होया पूज्य स्वामी करमदास जी महाराज से प्रार्थना करता हाँ कि अपने विचारों सब दे मोड़े साझे करते हुए आशीर्वाद देन और सारे के हिरदे च वो अंधकार दे अज्ञान दे चक्षु खोलते हुए सारे को प्रकाश करा, ताकि इस संसार के अंदर जो कुदरत का व्यवहार है उस व्यवहार के अंदर कोई भी किसी प्रकार सा दुख महसूस ना करन, क्योंकि परम पिता परमात्मा हमारे कर्म अनुसार अपने मन की इच्छा बनाते हैं और उनकी इच्छा से ही सारा का सारा काम इस धरती से चलता है। तो परम पिता परमात्मा अपन सारा सतगुरु दया करें दिल फेरे को सिमर मिट जाने। बोल श्री सतगुरुदेव महाराज की जय। चिंगारी आग की बड़ी पुरानी घास हो, वार 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 मांगे हो कृपा करो गुरुदेव, और कछु नहीं चाहिए करहो तुम्हारी सेवा। बोली श्री सतगुरु जी महाराज की जय। बंदी छोड़ महाराज की जय। सतगुरु की प्यारी संगत, आप जी को पता ही है श्री खुशी राम जी अपना पांच भौतिक शरीर त्याग के सतगुरु के चरणों में विराजमान हो गए। उन्होंने ही निमित्त सवेरे से रखे गए आद अंत के पाठ के भोग पे ताकि पर विराजमान हमारे परम पूजनीय स्वामी ब्रह्म स्वरूप जी महाराज, सतगुरु बंदीश्वर महाराज अपनी वाणी में प्रमाण दे रहे हैं, आया है सो जाएगा मत कर रहे गुमान, पानी जैसा बुलबुला ये तेरा अनुमान प्यारे। सतगुरु बंदीश्वर महाराज प्रमाण दे रहे ये जीवन एक बुलबुले के समान है, जैसे पानी के ऊपर बुलबुला जाता है हवा के जरों के से टूट जाता है, ऐसे हमारे मानव शरीर बताया है। तो सतगुरु के चरणों में पहले विनती करते हैं, हे महाराज कृपा करो इस परिवार में जिहड़ा पछोड़ा है दुख लगे सहन करने की शक्ति देना, इस परिवार के ऊपर अपना मेल भरा हाथ रखना बंदीश्वर महाराज। सतगुरु बंदीश्वर महाराज जी ने बताया ये जीवन जो है झूठा मृत्यु सच्ची, सतगुरु ने वाणी में प्रमाण दे दिया है। और सैच भी 2600 तम है निश्वास तू ले ले, 21,600 श्वास हमारे दिन रात में घटते हैं,
प्रबंधक शिवट महाराज कह रहे भाई हर श्वास तो स्मृत पिता परमात्मा का सिमरण कर ले, इस श्वासों की जो गिनती है रोज घट रही है। वृक्ष से जैसे एक पत्ता टूट जाता है तो पत्ता वृक्ष को क्या कह रहा है, पात कहे सुन वृक्ष राय सदा रहो भरपूर, अब के बिछड़े कब मिले हम नीचे तुम दूर। पत्ता वृक्ष कह रहे हैं मैं तेरी डाली से टूट गया हूं, अब कोई पता नहीं अब हमारा कब मिलना हो। तो वृक्ष पत्ते से कह रहा है, वृक्ष कहे सुन पात राय सुनो हमारे भीत, एक आया एक चालसी ये दुनिया की रीत कबीरा ये दुनिया की रीत। फिर वृक्ष पत्ते से कहते भाई ये तो रीत सदा चली आई है, एक आ रहा है और एक जा रहा है, क्योंकि मानस चोला ये बड़ा ही अनमोल है, इस परम पिता परमात्मा ने हमको उस परम पिता परमात्मा की सतगुरु की बंदगी करने के वास्ते मिला है। तो नाम उठत नाम बैठत नाम सोवत जागरे और नाम खाते नाम पीते नाम से ती लागरे प्यारे। जैसे निषाद राज नारद से नारद से कहने लगा मैं नारद की सफारिश पा के देख लेता हूँ, तो जो जम के पुत्र है जीव ऊपर से हुक्म आता है फिर हम जीवात्मा को लेके जाते हैं। तो चलो धर्मराज के पास चलते हैं, धर्मराज के पास चले गए। नारद जी कहने लगे निषाद राज मृत्यु से बड़ा डरते हैं, आप कृपा करो इनको अमर कर दो। कहने मैं कौन हूँ अमर करने वाला, मेरे को भी ऊपर से हुक्म आता है, एक सृष्टि उत्पन्न करता है एक पालन पोषण करता है एक संहार करता है, चलो शिव जी भगवान के पास चलते हैं। तो नारद जी निषाद राज धर्मराज जी जम के दूत सब भोले शंकर के पास चले गए। भोले शंकर भी कहने लगे भी मेरे को भी ऊपर से हुक्म आता है, तो चलो विष्णु भगवान के पास चलते हैं। सारे इकट्ठे होकर विष्णु भगवान के पास चले गए। नारद जी कहने लगे निषाद राज जी मरने से बड़ा डरते हैं, आप कृपा कर उनको अमर कर दो। चले नहीं भाई हमको भी ऊपर से हुक्म आता है, चलो ब्रह्मा जी के पास चलते हैं जो सृष्टि उत्पन्न करते हैं। तो सारे इकट्ठे होकर ब्रह्मा जी के पास चले गए। ब्रह्मा जी भी कहने लगे जो वेद माता लिखती है वो अटल है। तो सभी इकट्ठे होकर वेद माता के पास चले गए। वेद माता सभी देव देवताओं को देख के खड़ी हो गई। निषाद राज जम के दूत धर्मराज भोले शंकर विष्णु भगवान ब्रह्मा जी ये सब ही मेरे दरबार में उपस्थित होंगे, फिर जाके इसकी मृत्यु होगी। जैसे कि संजीवन जो है एक पल भर के लिए है। सज धज कर जिस दिन मौत के सिर जाते आएगे सिर जाते आएगे, ना सोना काम आएगा ना चांदी आएगी, ना सोना काम आएगा ना चांदी आएगी। सज धज कर जिस दिन मौत के सिर जाते आएगे सहजादे आएगे, ना सोना काम आएगा ना चांदी आएगे, ना सोना काम आएगा ना चांदी आएगे। छोटा
दासा तो कितने बड़े अरमान तेरे हैं, अरमान हैं, मिट्टी का तू सोने के समान तेरे हैं, बेटी के काया मिट्टी में एक दिन मिल जाएंगे, एक दिन मिल जाएंगे, ना सोना काम आएगा ना चांदी आएगी, ना सोना काम आएगा ना चांदी आएगी, सज धज कर जिस दिन मौत की सहजादी आएगी, सहजादी आएगी, ना सोना काम आएगा ना चांदी आएगी, बोलने पंछी तू पिंजरा तोड़ के उड़ जा, पिंजरा तोड़ के उड़ जा, माया महल के सारे बंधन तोड़ के उड़ जा, पर खोल रे पंछी तू पिंजरा तोड़ के उड़ जा, पिंजरा तोड़ के उड़ जा, माया महल के सारे बंधन तोड़ के उड़ जा, धड़कन में जिस दिन मौत तेरे गुनगुनाएगी, तेरे गुनगुनाएगी, ना सोना काम आएगा ना चांदी आएगी, ना सोना काम आएगा ना चांदी आएगी, कहे करे नादान तू दुनिया में नादानी, दुनिया में नादानी, कहे करे नादान तू दुनिया में नादानी, दुनिया में नादानी, काया तेरी राजसी है राग हो जाने, राग हो जाने, हंस तेरी ही आत्मा बेदेह जाएगी, बेदेह जाएगी, ना सोना काम आएगा ना चांदी आएगी, ना सोना काम आएगा ना चांदी आएगी, तो काम क्या आएगा, उस परमपिता परमात्मा का जो नाम है वही हमारे काम आएगा, तो नाम उठत, नाम बैठत, नाम सोवत जागरे, और नाम खाते, नाम पीते, नाम सेती लागरे प्यारे, नाम सेती लागरे, ज्यादा न कहते मधुर वाणी में विराम देते हैं, बोली श्री सतगुरु देव महाराज की जय। और अपने हृदय समुद्र से परम पिता परमात्मा याद करते हुए आज जी तक अपना संदेश पहुंचा देता कि इस संसार के अंदर परम पिता परमात्मा के नाम का ही साथ हैगा, और बाकी तो सारा का सारा संसार इतने ही सब कुछ छड़ भी जाता है, और बहुत बड़े बड़े सदगुरु जी छोड़ महाराज के प्यारे भक्त बैठे हैं, राजनेता ही बैठे हैं, सानू जाना है क्योंकि महापुरुषों का संस्कार जाकर के असी करना है, तो उन्होंने महापुरुषों में बैठे हैं, ये जिन्हें जिन्हें बुला रहा टाइम देते रहेंगे, वो फंक्शन थोड़ा चलता रहेगा, और थोड़े मोहरे प्रार्थना करते हैं कि तुम सारे छुट्टी दो कि अगे हम महापुरुषों का संस्कार जाके करते हैं, तो ये रीत तो परम पिता परमात्मा की बड़ी हुई है, जिदी जिदी जो सेवा लगी हो वो करनी पड़ती है, इसलिए हुसन चंद आगे हैं जिन्हें जिन्हें टाइम देना देंगे ना प्रोग्राम चला देना। बोल श्री सतगुरुदेव महाराज की जय, बंदी छोड़ महाराज की जय, श्री छुड़ानी दान की जय, सत साई सत साई सत साई।
ਮੈਂ ਤੇ ਸਵਾਮੀ ਕਰਮਦਾਸ ਜੀ ਮਹਿਤਪੁਰ ਵਾਲਿਆਂ ਦੀ ਅਗਵਾਈ ਦੇ ਵਿੱਚ ਅੱਜ ਇੰਨਾ ਜਨ ਸਲਾਹ ਜੁੜਿਆ, ਬੜੇ ਦੁੱਖ ਦੇ ਨਾਲ ਕਹਿਣਾ ਪੈਂਦਾ ਕਿ 2 ਮਹੀਨੇ ਦੇ ਰਕਬੇ ਦੇ ਵਿੱਚ ਇਸ ਪਰਿਵਾਰ ਚੋਂ ਨਾਮ ਵਰ ਸ਼ਖਸੀਅਤਾਂ ਦਾ ਚਲੇ ਜਾਣਾ ਪਰਿਵਾਰ ਦੇ ਲਈ ਬਹੁਤ ਦੁਖਦਾਇਕ ਹੈ। ਸਮੁੱਚਾ ਨਗਰ, ਸਮੁੱਚੀ ਬਰਾਦਰੀ, ਸਮੁੱਚਾ ਇਲਾਕਾ ਇਸ ਚੀਜ਼ ਤੋਂ ਜਾਣੂ ਹੈ। ਸੋ ਮੈਂ ਜ਼ਿਆਦਾ ਨਾ ਸਮਾਂ ਲੈਂਦਾ ਹੋਇਆ ਬਹੁਤ ਹੀ ਸਤਿਕਾਰਯੋਗ ਸ੍ਰੀ ਸੁਦੀਪ ਕੋਹਲੀ ਜੀ ਨੂੰ ਬੇਨਤੀ ਕਰਦਾ ਕਿ 2 ਮਿੰਟ ਇਸ ਸਟੇਜ 'ਤੇ ਆ ਜਾਣ, ਨਾਲ ਹੀ ਜਿੰਨੇ ਵੀ ਸਾਡੇ ਮਾਣ ਜੋ ਸ਼ਖਸੀਅਤਾਂ ਪਹੁੰਚੀਆਂ ਨੇ ਸਮਾਜ ਸੇਵੀ, ਇਹਨਾਂ ਨੂੰ 2-2 ਮਿੰਟ ਦਾ ਸਮਾਂ ਦੇ ਕੇ ਉਹਨਾਂ ਵਿਛੜੀ ਹੋਈ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸਮਾਂ ਬਖਸ਼ਿਸ਼ ਕਰਨ ਸ੍ਰੀ ਸੁਰਜੀਤ ਕੋਹਲੀ ਜੀ। ਸੋਗ ਸਭਾ ਦੇ ਵਿੱਚ ਜੋ ਕੁਝ ਦਿਨ ਪਹਿਲਾਂ ਸਾਡੇ ਵਿੱਚੋਂ ਬਹੁਤ ਹੀ ਸਤਿਕਾਰਯੋਗ ਪਿਆਰ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਹਰ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਖੜੇ ਹੋਏ ਆ ਅਤੇ ਚੱਲਦੇ ਕਾਰੋਬਾਰ ਦੇ ਵਿੱਚ ਵੀ ਪ੍ਰਸਾਰ ਕਰਨ ਵਾਸਤੇ ਉਹਨਾਂ ਨੇ ਹਮੇਸ਼ਾ ਪ੍ਰੇਰਿਤ ਕੀਤਾ। ਅਤੇ ਇਸੇ ਤਰ੍ਹਾਂ ਖੁਸ਼ੀ ਰਾਮ ਜੀ ਨੇ ਵੀ ਆਪਣੇ ਧੰਦੇ ਨੂੰ ਜਿੱਥੇ ਪ੍ਰਫੁੱਲਿਤ ਕੀਤਾ, ਵਾਧਾ ਕੀਤਾ ਅਤੇ ਨਾਲ ਇੱਕ ਵੱਡੀ ਪਹਿਚਾਣ ਇਹ ਵੀ ਬਣਾਈ ਕਿ ਵੱਡੇ ਭਰਾਵਾਂ ਨੇ ਜਿਸ ਕਾਰੋਬਾਰ 'ਤੇ ਉਹਨਾਂ ਨੂੰ ਰੱਖਿਆ ਅਤੇ ਉਸੇ ਪਰਿਵਾਰ 'ਤੇ ਬੈਠ ਕੇ ਪਹਿਰਾ ਦਿੰਦੇ ਰਹੇ। ਇਹ ਤੋਂ ਵੀ ਵੱਡੀ ਪਹਿਚਾਣ ਸੁਰਿੰਦਰ ਕੁਮਾਰ ਦੀ ਸੀ, ਚਾਹੇ ਵੱਡਾ ਕਾਰੋਬਾਰ ਨਹੀਂ ਕੀਤਾ, ਜਿੰਨਾ ਹੀ ਕਾਰੋਬਾਰ ਭਰਾਵਾਂ ਨੇ ਦਿੱਤਾ ਬਖਸ਼ਿਆ ਉਹਨਾਂ ਨੂੰ, ਉਸ ਕਾਰੋਬਾਰ ਨੂੰ ਹੀ ਉਹ ਸਹੀ ਅਤੇ ਸੰਜੀਦਾ ਢੰਗ ਦੇ ਨਾਲ ਔਰ ਸਿਦਕ ਦੇ ਨਾਲ ਚਲਾਉਂਦੇ ਨੇ। ਸੁਰਿੰਦਰ ਜੀ ਚਲੇ ਗਏ ਅਤੇ ਖੁਸ਼ੀ ਰਾਮ ਜੀ ਵੀ 2 ਮਹੀਨੇ ਬਾਅਦ ਚਲੇ। ਅੱਜ ਉਹਨਾਂ ਦੇ ਜਾਣ ਤੋਂ ਬਾਅਦ ਵੀ ਬਹੁਤ ਵੱਡਾ ਘਾਟਾ ਮਹਿਸੂਸ ਕਰਦੇ ਹਾਂ, ਲੇਕਿਨ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ, ਵਿਸ਼ਵਾਸ ਦੀ ਲੋੜ ਪੈਂਦੀ ਹੈ। ਸੁਰਿੰਦਰ ਜੀ ਜਿੱਥੇ ਉਹਨਾਂ ਨੇ ਆਪਣੇ ਭਰਾਵਾਂ ਦੇ ਵੱਡੇ ਆਗਿਆਕਾਰੀ ਭਰਾ ਬਣ ਕੇ ਸਿਦਕ ਦੇ ਨਾਲ ਜੀਵਨ ਬਤੀਤ ਕੀਤਾ ਅਤੇ ਉਹਨਾਂ ਦੀ ਨੇਕ ਕਮਾਈ ਦੇ ਵਿੱਚੋਂ ਉਤਪਤ ਹੋਣਾ ਇੱਕ ਲੜਕੀ ਦਾ, ਪੁਨਮ ਚੌਧਰੀ ਦਾ, ਜਿਹਨੇ ਆਪਣਾ ਵੀ ਨਾਮ ਬਣਵਾਇਆ, ਭਰਾ ਦਾ, ਪਰਿਵਾਰ ਦਾ ਅਤੇ ਸਮਾਜ ਦਾ ਵੀ ਨਾਮ ਬਣਾਇਆ ਅਤੇ ਅੱਜ ਉਹਨਾਂ ਦਾ ਬੇਟੇ ਵੀ ਇੰਜੀਨੀਅਰ ਕੈਨੇਡਾ ਦੇ ਵਿੱਚ ਸੈਟਲਡ ਹੈ। ਇਹ ਉਹਨਾਂ ਦੀ ਨੇਕ ਕਮਾਈ ਦਾ ਫਲ ਸੀ, ਆਗਿਆਕਾਰੀ ਹੋਣ ਦਾ ਫਲ ਸੀ। ਅਤੇ ਇਸੇ ਤਰ੍ਹਾਂ ਵਿਸ਼ਵਾਸ ਹੈ ਅਕਾਲ ਪੁਰਖ 'ਤੇ, ਵਿਸ਼ਵਾਸ ਹੈ ਮਹਾਰਾਜ ਜੀ 'ਤੇ, ਪਰਮਾਤਮਾ 'ਤੇ, ਅਤੇ ਖੁਸ਼ੀ ਰਾਮ ਜੀ 'ਤੇ ਵੀ ਬੇਟੇ ਉਸੇ ਤਰ੍ਹਾਂ ਜਿਸ ਤਰ੍ਹਾਂ ਸੁਰਿੰਦਰ ਦੇ ਬੱਚਿਆਂ ਨੇ ਵਿਕਾਸ ਕੀਤਾ ਅਤੇ ਇਸੇ ਤਰ੍ਹਾਂ ਇਹ ਬੱਚੇ ਵੀ ਵਿਕਾਸ ਕਰਨਗੇ। ਸਿਰਫ ਉਸ ਪਰਮਾਤਮਾ 'ਤੇ ਵਿਸ਼ਵਾਸ ਦੀ ਲੋੜ ਹੈ। ਸੋ ਅੰਤ ਦੇ ਵਿੱਚ ਮੈਂ ਕਾਂਗਰਸ ਪਾਰਟੀ ਦਾ ਮੁੱਖ ਬੁਲਾਰਾ ਹੋਣ ਦੇ ਨਾਤੇ, ਕਾਂਗਰਸ ਪਾਰਟੀ ਵੱਲੋਂ ਅਤੇ ਉਹਨਾਂ ਦਾ ਪਿਆਰ ਹੋਣ ਦੇ ਨਾਤੇ, ਬੜਾ ਪਿਆਰ ਉਹਨਾਂ ਦਾ ਰਿਹਾ ਅਤੇ ਖੁਸ਼ੀ ਰਾਮ ਜੀ ਯਾਰਾਂ ਦਾ ਯਾਰ ਸੀ, ਉਹਦੇ ਗੱਲ 'ਚ ਕੋਈ ਸ਼ੱਕ ਨਹੀਂ, ਮਹਿਫਲਾਂ ਦਾ ਸ਼ਿੰਗਾਰ ਸੀ, ਉਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ, ਹਮੇਸ਼ਾ ਇਕੱਠੇ ਹੁੰਦੇ ਰਹੇ ਅਤੇ ਨਿੱਜੀ ਤੌਰ 'ਤੇ ਵੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਅਤੇ ਦੁਆ ਕਰਦਾ ਪਰਮਾਤਮਾ ਤੋਂ ਕਿ ਉਹਨਾਂ ਦੇ ਜਾਣ ਦੇ ਨਾਲ ਜੋ ਬਹੁਤ ਵੱਡਾ ਝਟਕਾ ਲੱਗਾ, ਖਾਸ ਕਰਕੇ ਲੜਕੀ ਆਪਣੀ ਅਤੇ ਬੱਚੇ, ਭਰਾ ਵੱਡੇ ਅਤੇ ਰਿਸ਼ਤੇਦਾਰ ਸਾਰੇ, ਪਰਮਾਤਮਾ ਇਹਨਾਂ ਨੂੰ ਇਹ ਭਾਣਾ ਸਹਿਣ ਦਾ ਬਲ ਬਖਸ਼ੇ ਅਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਧੰਨਵਾਦ। ਸਤਿ ਸਾਹਿਬ, ਸਤਿ ਸਾਹਿਬ, ਸਤਿ ਸਾਹਿਬ। ਬਹੁਤ ਹੀ ਸਤਿਕਾਰਯੋਗ, ਸਾਡੇ ਵਿੱਚ ਅੱਜ ਦੁੱਖ ਦੀ ਘੜੀ ਵਿੱਚ ਬੁੱਧੂ ਸਿੰਘ ਜੀ ਬਲਾਕੀਪੁਰ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਤੋਖ ਸਿੰਘ ਜੀ ਮੱਲਾ, ਉਹ ਵੀ ਸਾਡੇ ਦੁੱਖ ਦੇ ਵਿੱਚ ਅੱਜ ਦੁੱਖ ਵਟਾਉਣ ਵਾਸਤੇ ਪਹੁੰਚੇ ਹਨ। ਸੋ ਮੈਂ ਸਰਪੰਚ ਰਮੇਸ਼ ਲਾਲ ਕਿਸਾਨਾ ਜੀ ਸ਼ਾਹਕੋਟ, ਉਹਨਾਂ 'ਤੇ ਮਾਫ਼ੀ ਚਾਹੁੰਦਾ, ਅਸ਼ੋਕ ਕੁਮਾਰ ਚੇਚੀ ਜੀ ਜਿਹੜੇ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਆ, ਸੁਭਾਸ਼ ਰਾਜੂ ਮਾਜਰਾ ਜਿਹੜਾ ਕਿ ਮਾਤਾ ਜੀ ਦਾ ਉਸੇ ਦਿਨ
ਘਰ ਦੇ ਵਿੱਚ ਦੋ ਮਾਤਾ, ਪਹਿਲਾਂ ਮਾਤਾ ਜੀ ਰਾਤ ਨੂੰ ਠੇਕੇਦਾਰ ਖੁਸ਼ੀ ਰਾਮ ਜੀ ਦਾ ਜੋ ਵਿਛੋੜਾ ਪਿਆ ਹੈ, ਮੈਂ ਸੁਭਾਸ਼ ਰਾਜੀ ਮਾਜਰਾ ਤੋਂ ਵੀ ਮਾਫ਼ੀ ਚਾਹੁੰਦਾ ਹਾਂ, ਸੰਦੋਖ ਸਿੰਘ ਮੱਲਾ ਜੀ ਤੋਂ, ਸੁਪ੍ਰਸਤਾ ਜੀ ਨਰੇਸ਼ ਕੌਰ ਜੀ ਆਏ ਆ ਚੌਹਾਨ ਸਾਹਿਬ। ਸੋ ਮੈਂ ਹੁਣ ਸੁਖਦੀਪ ਜੀ ਸ਼ਿਕਾਰ, ਜਿਹੜੇ ਕਿ ਯੂਥ ਅਕਾਲੀ ਦਲ ਦੇ ਸਾਡੇ ਡਿਸਟ੍ਰਿਕਟ ਪ੍ਰਧਾਨ ਹਨ, ਉਹ ਵੀ ਇੱਕ ਮਿੰਟ ਲਈ ਸ਼ਰਧਾ ਤੋਂ ਫੁੱਲ ਭੇਟ ਕਰਨ। ਸ਼ਿਕਾਰ ਸਾਹਿਬ, ਸਤਿਕਾਰਯੋਗ ਠੇਕੇਦਾਰ ਸਾਹਿਬ ਖੁਸ਼ੀ ਰਾਮ ਜੀ ਦੀ ਅੰਤਮ ਅਰਦਾਸ ਦੇ ਵਿੱਚ ਬਹੁਤ ਹੀ ਦੁੱਖ ਭਰੇ ਸਮੇਂ ਦੇ ਉੱਤੇ ਮਹਾਰਾਜ ਕਬੀਰ ਜੀ ਦੀ ਅੰਮ੍ਰਿਤ ਬਾਣੀ ਰੱਬੀ ਬਾਣੀ ਦਾ ਦੀ ਗੋਦ ਵਿੱਚ ਜੁੜ ਬੈਠੀ ਸਮੁੱਚੀ ਸਾਧ ਸੰਗਤ ਜੀ, ਜੋ ਵੀ ਇਨਸਾਨ ਇਸ ਦੁਨੀਆਂ 'ਤੇ ਆਇਆ, ਉਸਨੇ ਇੱਕ ਨਾ ਇੱਕ ਦਿਨ ਉਸ ਅਕਾਲ ਪੁਰਖ ਦੇ ਹੁਕਮ ਦੇ ਅਨੁਸਾਰ, ਜਿਸਨੇ ਜਿਤਨੇ ਵੀ ਆ ਜੋ ਉਸ ਅਕਾਲ ਪੁਰਖ ਨੇ ਇਨਸਾਨ ਨੂੰ ਬਖਸ਼ਿਆ, ਉਸ ਨੂੰ ਸੰਪੂਰਨ ਕਰਦਿਆਂ ਚਲੇ ਜਾਣਾ। ਪਰ ਇਨਸਾਨ ਦੇ ਚਲੇ ਜਾਣ ਤੋਂ ਬਾਅਦ ਸਮਾਜ ਦੇ ਵਿੱਚ ਉਹਦੇ ਕੀਤੇ ਹੋਏ ਕੰਮਾਂ ਬਾਰੇ ਵਿਚਾਰ ਚਰਚਾ ਜ਼ਰੂਰ ਹੁੰਦੀ ਹੈ। ਚੌਧਰੀ ਸਾਹਿਬ ਨੇ ਆਪਣੀ ਜਿਹੜੀ ਸਾਰੀ ਜ਼ਿੰਦਗੀ ਸੀ ਉਹ ਆਪਣੀ ਕਿਰਤ ਕਰਦਿਆਂ ਸਮਾਜ ਦੇ ਲੇਖੇ ਲਾਏ, ਔਰ ਅੱਜ ਜਿਹੜੇ ਇੱਥੇ ਬਹੁਤ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਇਸ ਇਕੱਠ ਦੇ ਵਿੱਚ ਬਿਰਾਜਮਾਨ ਨੇ, ਉਹ ਇਸ ਗੱਲ ਦਾ ਸਬੂਤ ਹੈ ਕਿ ਚੌਧਰੀ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਮਲਾਪੜੇ ਸੁਭਾਅ ਦੇ ਨਾਲ, ਹਸਮੁੱਖ ਸੁਭਾਅ ਦੇ ਨਾਲ ਸਮਾਜ ਦੇ ਵਿੱਚ ਵਿਚਰਦਿਆਂ ਔਰ ਸਮਾਜ ਦੀ ਬਹੁਤ ਵੱਡੀ ਜਿਹੜੀ ਸੇਵਾ ਕੀਤੀ, ਔਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਇਹ ਪਰਿਵਾਰ ਜਿਹੜਾ ਬਹੁਤ ਲੰਬੇ ਸਮੇਂ ਤੋਂ ਜੁੜਿਆ, ਚੌਧਰੀ ਸਾਹਿਬ ਦੇ ਬਹੁਤ ਹੀ ਨਿੱਜੀ ਤੌਰ 'ਤੇ ਇਹ ਪਰਿਵਾਰ ਨੇੜੇ ਹੈ, ਔਰ ਜਿਹੜਾ ਪਰਿਵਾਰ ਨੂੰ ਨਾ ਹੋਣ ਵਾਲਾ ਜਿਹੜਾ ਘਾਟਾ ਪਿਆ, ਬੇਟੀ ਦਾ ਬਾਪ ਚਲਾ ਗਿਆ, ਬੇਟਿਆਂ ਦਾ ਬਾਪ ਚਲਾ ਗਿਆ, ਉਹ ਘਾਟਾ ਜਿਹੜਾ ਕੋਈ ਪੂਰਾ ਨਹੀਂ ਕਰ ਸਕਦਾ। ਪਰਿਵਾਰ ਦੇ ਵਿੱਚ 2 ਮਹੀਨਿਆਂ ਦੇ ਵਿੱਚ 2 ਮੌਤਾਂ ਹੁੰਦੀਆਂ, 2 ਜੀਆਂ ਦਾ ਚਲੇ ਜਾਣਾ ਹੋਰ ਵੀ ਜਿਹੜੀ ਦੁੱਖਦਾਈ ਗੱਲ ਹੈ, ਔਰ ਇਸ ਸਮੇਂ ਦੇ ਉੱਤੇ ਮੈਂ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਆਪਾਂ ਸਾਰੇ ਅਰਦਾਸ ਹੀ ਕਰ ਸਕਦੇ ਹਾਂ ਕਿ ਚੌਧਰੀ ਸਾਹਿਬ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ, ਔਰ ਪਰਿਵਾਰ ਨੂੰ ਜਿਹੜਾ ਭਾਣਾ ਮੰਨਣ ਦਾ ਬਲ ਬਖਸ਼ਣ। ਭਾਣਾ ਕਹਿਣਾ ਬੜਾ ਸੌਖਾ ਪਰ ਮੰਨਣਾ ਬੜਾ ਔਖਾ ਹੁੰਦਾ, ਸ਼ਬਦਾਂ ਦੇ ਵਿੱਚ ਬਹੁਤ ਛੋਟੀ ਗੱਲ ਹੈ ਪਰ ਜਦੋਂ ਮੰਨਣਾ ਪੈਂਦਾ, ਮਨ ਦੇ ਉੱਤੇ ਬੀਤਦੀ ਹੈ ਉਦੋਂ ਭਾਣਾ ਮੰਨਣਾ ਬੜਾ ਔਖਾ ਹੁੰਦਾ। ਮੈਂ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਵੱਲੋਂ ਔਰ ਸਾਡੇ ਕਿਉਂਕਿ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਵੀ ਬੈਠੇ, ਉਹਨਾਂ ਨੇ ਵੀ ਬੋਲਣਾ, ਚੌਧਰੀ ਸਾਹਿਬ ਵੀ ਬੈਠੇ ਹੈ, ਮੈਂ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਚੌਧਰੀ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। ਸਤ ਸਾਹਿਬ ਸਤ ਸਾਹਿਬ। ਮੈਂ ਰਾਮਚੰਦ ਜੀ ਅਤੇ ਵੀ ਸਿੱਖਦਾ ਰਾਮ ਸਰੂਪ ਜੀ ਅਤੇ ਵੀ ਮੈਂ ਮਾਫ਼ੀ ਚਾਹੁੰਦਾ। ਹੁਣ ਮੈਂ ਬਹੁਤ ਹੀ ਸਤਿਕਾਰਯੋਗ ਨੇੜੇ ਦੇ ਰਿਸ਼ਤੇਦਾਰ ਅਸ਼ੋਕ ਬਾਂਗ ਜੀ, ਜਿਹੜੇ ਆਈ ਜੀ ਸਾਹਿਬ, ਉਹ ਵੀ ਸ਼ਰਧਾ ਦੇ ਫੁੱਲ ਭੇਟਣ ਬਾਂਗ ਸਾਹਿਬ। ਪਰਮ ਸਤਿਕਾਰਯੋਗ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੀ ਸਾਧ ਸੰਗਤ ਜੀ, ਸਤ ਸਾਹਿਬ ਸਤ ਸਾਹਿਬ ਸਤ ਸਾਹਿਬ।
ਅੱਜ ਅਸੀਂ ਸਾਰੇ ਹੀ ਇੱਥੇ ਇਕੱਠੇ ਹੋਏ ਹਾਂ। ਜ਼ਿਆਦਾ ਅਫਸੋਸ ਦੀ ਗੱਲ ਇਹ ਹੈ ਕਿ ਦੋ ਢਾਈ ਮਹੀਨਿਆਂ ਦੇ ਵਿੱਚ ਦੂਜੀ ਵਾਰ ਇਹੋ ਜਿਹੇ ਇਕੱਠ ਦੇ ਵਿੱਚ ਸ਼ਾਮਿਲ ਹੋਣ ਦਾ ਇਹੋ ਜਿਹਾ ਭਾਣਾ ਹੈ ਜਿਹੜਾ ਕਿ ਅਚਾਨਕ ਵਰਤ ਜਾਂਦਾ ਕਿਸੇ ਪਰਿਵਾਰ 'ਤੇ। ਜਦੋਂ ਆਪਾਂ ਪਿਛਲੀ ਵਾਰ ਭੋਗ 'ਤੇ ਆਏ ਸੀ ਤਾਂ ਸਾਰੇ ਇਸ ਗੱਲ ਦਾ ਬੜਾ ਅਫਸੋਸ ਸੀ ਕਿ ਚੌਧਰੀ ਸੁਰਿੰਦਰ ਜੀ ਬੜੀ ਛੋਟੀ ਉਮਰ ਦੇ ਵਿੱਚ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ। ਇਸ ਗੱਲ ਦਾ ਹੀ ਅਜੇ ਤੱਕ ਸਾਨੂੰ ਜਿਹੜਾ ਦੁੱਖ ਸੀਗਾ ਉਹ ਭੁੱਲਿਆ ਨਹੀਂ ਸੀ, ਪਰਿਵਾਰ ਨੂੰ ਨਹੀਂ ਸੀ ਭੁੱਲਿਆ, ਸਾਨੂੰ ਨਹੀਂ ਸੀ ਭੁੱਲਿਆ, ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਬੜਾ ਅਫਸੋਸ ਸੀ। ਪਰ ਹੁਣ ਦੇਖੋ ਦੋ ਮਹੀਨਿਆਂ ਦੇ ਵਿੱਚ ਫਿਰ ਦੁਬਾਰਾ ਉਸੇ ਪਰਿਵਾਰ 'ਤੇ, ਕੋਈ ਜ਼ਿਆਦਾ ਉਮਰ ਨਹੀਂ ਉਹਨਾਂ ਦੀ ਵੀ, ਉਹ ਵੀ ਸਾਲ ਦੋ ਸਾਲ ਹੀ ਵੱਡੇ ਸੀ ਖੁਸ਼ੀ ਰਾਮ, ਉਹ ਵੀ ਪਰਿਵਾਰ ਦੇ ਵਿੱਚੋਂ ਫਿਰ ਸਾਨੂੰ ਸਾਰਿਆਂ ਨੂੰ ਵਿਛੋੜਾ ਦੇ ਕੇ ਤੁਰ ਗਏ ਨੇ। ਇਹੋ ਜਿਹੇ ਸਮੇਂ ਕੀ ਗੱਲ ਕਰੀਏ ਅਤੇ ਪਰਿਵਾਰ ਨੂੰ ਕੀ ਸੰਤਾਵਨਾ ਦੇਈਏ, ਕਿਹੋ ਜਿਹੇ ਸ਼ਬਦ ਬੋਲੀਏ ਕਿ ਉਹਨਾਂ ਨੂੰ ਹੌਸਲਾ ਹੋਵੇ, ਕਿ ਉਹਨਾਂ ਨੂੰ ਯਕੀਨ ਹੋਵੇ ਕਿ ਅਸੀਂ ਸਾਰੇ ਉਹਨਾਂ ਦੇ ਨਾਲ ਖੜ੍ਹੇ ਹਾਂ, ਅਸੀਂ ਉਹਨਾਂ ਦੇ ਦੁੱਖ 'ਚ ਸ਼ਾਮਿਲ ਹਾਂ। ਮਤਲਬ ਇਹ ਸ਼ਬਦ ਵੀ ਲੱਭਣੇ ਔਖੇ ਹੋ ਜਾਂਦੇ ਨੇ, ਕਹਿਣਾ ਬੜਾ ਔਖਾ ਹੋ ਸੌਖਾ ਔਖਾ ਹੁੰਦਾ ਹੈ ਕਿ ਜੀ ਹੌਸਲਾ ਰੱਖੋ, ਕੋਈ ਗੱਲ ਨਹੀਂ, ਪਰਮਾਤਮਾ ਦੀ ਕੀਤੀ ਦੇ ਅੱਗੇ ਕੋਈ ਜ਼ੋਰ ਨਹੀਂ ਕਰਦਾ ਕਿਸੇ ਦਾ। ਪਰ ਜਿਸ ਪਰਿਵਾਰ 'ਤੇ, ਜਿਹਨਾਂ ਬੱਚਿਆਂ 'ਤੇ, ਜਿਹਨਾਂ ਮਾਂ ਬਾਪ 'ਤੇ, ਜਿਸ ਘਰ 'ਤੇ ਇਹੋ ਜਿਹੀ ਦੁਖਾਂਤ ਵਾਪਰਦਾ, ਉਹ ਤੋਂ ਪਹਿਲਾਂ ਸਾਡੀ ਇਹਨਾਂ ਨਾਲ ਮੁਲਾਕਾਤ ਨਹੀਂ ਸੀ, ਵੱਡੇ ਭਰਾਵਾਂ ਨਾਲ ਵੀ ਬਹੁਤ ਘੱਟ ਮੁਲਾਕਾਤ ਹੋਈ, ਇੱਕ ਜਾਂ ਦੋ ਵਾਰ ਮਿਲਿਆ। ਖੁਸ਼ੀ ਰਾਮ ਜੀ ਤਾਂ ਸਾਨੂੰ ਬਹੁਤ ਮਿਲਦੇ ਰਹੇ ਆ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਉਦੋਂ ਤੋਂ ਲੈ ਕੇ ਜਦੋਂ ਤੱਕ ਰਿਸ਼ਤੇਦਾਰੀ ਹੋਈ ਹੈ ਸਾਡੀ, ਲਗਾਤਾਰ ਅਸੀਂ ਇਹਨਾਂ ਨਾਲ ਇੰਟੱਚ ਰਹੇ ਹਾਂ, ਯਾਰਾਂ ਦੋਸਤਾਂ ਵਾਂਗੂ ਰਹੇ ਹਾਂ। ਫਿਰ ਰਿਸ਼ਤੇਦਾਰ ਬਣ ਗਏ, ਦੁੱਖ ਉਦੋਂ ਹੁੰਦਾ ਜਦੋਂ ਬੰਦਾ ਅਚਾਨਕ ਇਸ ਤਰ੍ਹਾਂ ਪਰਿਵਾਰ ਦੇ ਵਿੱਚੋਂ ਉੱਠ ਕੇ ਬੱਚਿਆਂ ਨੂੰ ਬੇਆਸਰਾ ਛੱਡ ਕੇ ਤੁਰ ਜਾਂਦਾ। ਪਰ ਹੁਣ ਅਸੀਂ ਪਰਮਾਤਮਾ ਅੱਗੇ ਦੁਆ ਹੀ ਕਰ ਸਕਦੇ ਹਾਂ, ਹੋਰ ਕੋਈ ਵੱਡੀ ਗੱਲ ਹੈ ਨਹੀਂ ਕਹਿਣ ਨੂੰ। ਮੇਰੇ ਕੋਲ ਕੋਈ ਇਹੋ ਜਿਹੇ ਸ਼ਬਦ ਨਹੀਂ ਹੈ ਜਿਹੜੇ ਮੈਂ ਕੋਈ ਨਵੇਂ ਵਰਤ ਸਕਾਂ। ਮੈਂ ਸਿਵਾਏ ਪਰਮਾਤਮਾ ਦੇ ਅੱਗੇ ਇਸ ਗੱਲ ਦੀ ਪ੍ਰਾਰਥਨਾ ਹੀ ਕਰ ਸਕਦਾ ਕਿ ਹੇ ਪਰਮਾਤਮਾ, ਇਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇ, ਇਸ ਪਰਿਵਾਰ ਨੂੰ ਜਿਹੜਾ ਐਡਾ ਵੱਡਾ ਭਾਣਾ ਲਗਾਤਾਰ ਦੋ ਢਾਈ ਮਹੀਨਿਆਂ ਦੇ ਵਿੱਚ ਦੋ ਭਰਾ ਚਲੇ ਗਏ ਨੇ, ਦੋ ਜਿਹੜੇ ਭਰਾ ਬੈਠੇ ਨੇ ਉਹਨਾਂ ਲਈ ਇਹ ਸਦਮਾ ਮੰਨਣਾ ਬਹੁਤ ਔਖਾ ਹੋ ਜਾਂਦਾ। ਸੋ ਉਹਨਾਂ ਨੂੰ ਵੱਲ ਬਖਸ਼ਣਾ ਪਰਮਾਤਮਾ ਦੇ ਹੱਥ 'ਚ ਹੀ ਹੁੰਦਾ। ਮੈਂ ਆਪਣੇ ਵੱਲੋਂ ਤੁਹਾਡੇ ਸਾਰਿਆਂ ਵੱਲੋਂ ਇਹੀ ਅਰਦਾਸ ਕਰ ਸਕਦਾ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇ, ਇਸ ਪਰਿਵਾਰ ਨੂੰ, ਇਹਨਾਂ ਭਰਾਵਾਂ ਨੂੰ ਤਕੜੇ ਹੋ ਕੇ ਇਸ ਤ੍ਰਾਸਦੀ ਨੂੰ ਚੱਲਣ ਦੀ ਸਮਰੱਥਾ ਬਖਸ਼ਣ। ਇਹੀ ਕਹਿੰਦਾ ਹੋਇਆ ਮੈਂ ਤੁਹਾਡੇ ਸਾਰਿਆਂ ਤੋਂ ਖਿਮਾ ਲਈ ਕਹਿਣਾ ਚਾਹੁੰਦਾ। ਇੰਦਰਜੀਤ ਲੁੱਡੀ ਜੀ ਪਹੁੰਚੇ ਹੈ। ਸੋ ਸਮੇਂ ਦੀ ਥੋੜ੍ਹੀ ਜਿਹੀ ਨਾਜ਼ੁਕਤਾ ਹੈ, ਉਧਰ ਸੰਤਾਂ ਦਾ ਉਹਨਾਂ ਦਾ ਵੀ ਪ੍ਰੋਗਰਾਮ ਹੈ, ਸੰਤ ਮਹਾਰਾਜ ਨੇ ਜਾਣਾ ਹੈ। ਸੋ ਇਸ ਕਰਕੇ ਮੈਂ ਬਾਕੀ ਤੋਂ ਮਾਫ਼ੀ ਚਾਹੁੰਦਾ। ਅਜੇ ਕੁਮਾਰ ਜੀ, ਉਹ ਇੱਕ ਮਿੰਟ ਲਈ ਸ਼ਰਧਾ ਦੇ ਪੁੱਲ ਪੇਸ਼ ਕਰਨ। ਚੌਧਰੀ ਅਜੇ ਕੁਮਾਰ ਜੀ ਘੁੰਮਲਾ ਸਾਬੇ ਦੇ ਬੈਠੇ ਹੋਏ ਮਹਾਂਪੁਰਸ਼ ਦੀ ਤੇ ਆਈ ਹੋਈ ਸਾਧ ਸੰਗਤ ਜੀ, ਸਤਿ ਸਾਹਿਬ, ਸਤਿ ਸਾਹਿਬ, ਸਤਿ ਸਾਹਿਬ। ਅੱਜ ਅਸੀਂ ਸਾਰੇ ਹੀ ਸਾਈ ਖੁਸ਼ੀ ਰਾਮ ਜੀ ਦੀ ਅੰਤਿਮ ਯਾਤਰਾ ਵਿੱਚ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਆਏ ਹਾਂ। ਬੜਾ ਦੁੱਖ ਦਾ ਟਾਈਮ ਹੈ, ਮਹੀਨੇ ਵਿੱਚ ਦੂਸਰੀ ਵਾਰ ਇਹਨਾਂ ਦੇ ਘਰ ਵਿੱਚ ਹਾਦਸਾ ਵਾਪਰ ਗਿਆ। ਬਿਲਕੁਲ ਚੌਧਰੀ ਸਾਹਿਬ ਦੀ ਸਹੀ ਗੱਲ ਹੈ, ਕਈ ਜਗ੍ਹਾ ਇੱਦਾਂ ਦੀਆਂ ਹੁੰਦੀਆਂ ਜਿੱਥੇ ਗੱਲ ਵੀ ਕਰਨ ਨਾਲ ਕੁਛ ਨਹੀਂ ਹੁੰਦਾ ਹੈਗਾ। ਪਰ ਕੀ ਕਰੀਏ, ਆਹ ਸਮਾਜ ਬਣਿਆ, ਆਉਣਾ ਜਾਣਾ ਬਣਿਆ, ਸਭ ਕੁਛ ਚੱਲਦਾ। ਅਗਰ ਚੌਧਰੀ ਸਾਹਿਬ ਦੀ ਗੱਲ ਕਰੀਏ, ਬੜੇ ਹੀ ਹਸਮੁਖ ਸਮਾਜ ਦੇ ਸੀਗੇ,
ਇਹ ਬੜੀ ਹੀ ਨੌਲੇਜ ਸੀਗੀ। ਮੈਂ ਮੰਨਦਾ ਕਿ ਸਾਡੇ ਸਮਾਜ ਵਿੱਚ ਅਗਰ ਸਭ ਤੋਂ ਜ਼ਿਆਦਾ ਕਿਸੇ ਨੂੰ ਸਾਡੇ ਸਮਾਜ ਬਾਰੇ ਵੀ ਅਤੇ ਬਾਕੀ ਚੀਜ਼ਾਂ ਬਾਰੇ ਵੀ ਜਿੰਨੀ ਨੌਲੇਜ ਇਹਨਾਂ ਨੂੰ ਸੀ ਇੰਨੀ ਕਿਸੇ ਹੋਰ ਨੂੰ ਨਹੀਂ ਸੀ। ਬੜੀਆਂ ਹਸਮੁੱਖ ਗੱਲਾਂ ਕਰਦੇ ਹੁੰਦੇ ਸੀ। ਮੈਨੂੰ ਯਾਦ ਆ ਜਦ ਮੈਂ ਬੜਾ ਚੌਰ ਦੇ ਸਟਾਰਟਿੰਗ ਵਿੱਚ ਆਇਆ ਅਤੇ ਸ਼ੁਰੂ ਵਿੱਚ ਅਗਰ ਗੁਰੂਆਂ ਦੀ ਗੱਲ ਕਰੀਏ ਇਹਨਾਂ ਨੇ ਮੇਰੇ ਨਾਲ ਸਾਂਝੀਆਂ ਕੀਤੀਆਂ ਸਾਡੇ ਸਮਾਜ ਦੀਆਂ ਗੱਲਾਂ ਜਿਹੜੀਆਂ ਇਹਨਾਂ ਨੇ ਮੈਨੂੰ ਦੱਸਿਆ ਕਿ ਬੇਟਾ ਸਾਡੇ ਸਮਾਜ ਵਿੱਚ ਇੱਦਾਂ ਦਾ ਚੀਜ਼ਾਂ ਚੱਲ ਰਹੀਆਂ ਪਰ ਹੁਣ ਸਿਰਫ ਗੱਲਾਂ ਰਹਿ ਗਈਆਂ। ਅਗਰ ਇਸ ਪਰਿਵਾਰ ਦੀ ਗੱਲ ਕਰੀਏ ਸਾਰੇ ਜਾਣਦੇ ਆ ਸਮਾਜ ਸੇਵੀ ਪਰਿਵਾਰ ਹੈ। ਹੁਣ ਤਾਂ ਪਰਮਾਤਮਾ ਦੇ ਚਰਨਾਂ ਵਿੱਚ ਅਸੀਂ ਇੱਕੋ ਅਰਦਾਸ ਕਰ ਸਕਦੇ ਕਿ ਇਹ ਪਰਮਾਤਮਾ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਵਾਸਤੇ ਅਤੇ ਇਸ ਭਾਣਾ ਮੰਨਣ ਦਾ ਇਸ ਪਰਿਵਾਰ ਨੂੰ ਬਲ ਬਖਸ਼ੀ। ਸਤਿ ਸਾਹਿਬ ਸਤਿ ਸਾਹਿਬ ਸਤਿ ਸਾਹਿਬ। ਸਮਾਂ ਬਹੁਤ ਹੋ ਗਿਆ। ਮੈਂ ਹੁਣ ਸਰ ਬੁੱਧ ਸਿੰਘ ਜੀ ਬਲਾਕੀਪੁਰ ਜਿਹੜਾ ਕਿ ਜ਼ਿਲ੍ਹਾ ਪ੍ਰਧਾਨ ਉਹ ਵੀ ਇੱਕ ਮਿੰਟ ਲਈ ਸ਼ਰਧਾ ਦੇ ਤੌਰ 'ਤੇ ਕਰਨ ਬਲਾਕੀਪੁਰ। ਸਤਿਗੁਰੂ ਸ੍ਰੀ ਗੁਰੂ ਗਰੀਬਦਾਸ ਜੀ ਦੀ ਪਵਿੱਤਰ ਗੋਦ ਇਸ ਦੁੱਖ ਭਰੇ ਸਾਨੂੰ ਸਮਾਗਮ ਜੁੜ ਬੈਠੀ ਸਾਧਨ ਸਭ ਤੋਂ ਪਹਿਲਾਂ ਰਤਨਾ ਪਵਿੱਤਰ ਕਰੋ ਸਤਿ ਸਾਹਿਬ ਸਤਿ ਸਾਹਿਬ ਸਤਿ ਸਾਹਿਬ। ਸਾਧ ਸੰਗਤ ਮੌਤ ਇੱਕ ਅਟਲ ਸਚਾਈ ਹੈ। ਇਸ ਨੇ ਛੋਟੇ ਨੂੰ ਵੀ ਆਉਣਾ ਵੱਡੇ ਨੂੰ ਵੀ ਆਉਣਾ ਰਾਜੇ ਨੂੰ ਵੀ ਆਉਣਾ ਡੰਕ ਨੂੰ ਵੀ ਆਉਣਾ। ਲੇਕਿਨ ਆਪਾਂ ਨੂੰ ਸਾਡੇ ਗ੍ਰੰਥ ਸਾਡੇ ਗੁਰੂ ਇਸ ਮੌਤ ਦੇ ਗਮ ਨੂੰ ਘੱਟ ਕਰਨ ਵਾਸਤੇ ਪ੍ਰੇਰਨਾ ਦੇ ਉਦੇਸ਼ ਦਿਆ ਕਰਦੇ ਨੇ ਕਿ ਸਤਿਗੁਰਾਂ ਦੀ ਚਰਨਾਂ 'ਚ ਲੱਗ ਕੇ ਹੀ ਜਿਹੜਾ ਇਹ ਗਮ ਹੈ ਮੌਤ ਦਾ ਉਹ ਕੱਟ ਸਕਦਾ। ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਦੱਸਿਆ ਕਿ ਚੌਧਰੀ ਖੁਸ਼ੀ ਰਾਮ ਜੀ ਜਿਹੜੇ ਬਹੁਤ ਹੀ ਨੇਕ ਇਨਸਾਨ ਅਤੇ ਆਪਣੇ ਸਮਾਜ ਨਾਲ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਸਨ। ਇਸ ਘਰ ਦੇ ਵਿੱਚ ਜਿਹੜਾ ਪਹਿਲਾਂ ਸਾਰੇ ਨੂੰ ਦੱਸਿਆ ਕਿ ਇਹਨਾਂ ਦੇ ਛੋਟੇ ਵੀਰ ਚੌਧਰੀ ਸਿੰਦਰ ਜੀ ਜਿਹੜੇ ਸਾਨੂੰ ਸਰੀਰਕ ਛੋੜਾ ਦੇ ਗਏ ਹਨ। ਇਹ ਜਿਹੜੀ ਦੂਸਰੀ ਮੌਤ ਹੋਈ ਹੈ ਇਸ ਦੇ ਨਾਲ ਸਮਾਜ ਨੂੰ ਅਤੇ ਪਰਿਵਾਰ ਨੂੰ ਜਿਹੜਾ ਬਹੁਤ ਵੱਡਾ ਘਾਟਾ ਪਿਆ। ਸਾਧ ਸੰਗਤ ਯਾਦ ਉਹਨਾਂ ਨੂੰ ਕੀਤਾ ਜਾਂਦਾ ਹੈ ਜਿਹੜਾ ਕੋਈ ਆਪਣੇ ਸਮਾਜ ਵਾਸਤੇ ਆਪਣੇ ਇਲਾਕੇ ਵਾਸਤੇ ਅਤੇ ਆਪਣੇ ਪਿੰਡ ਵਾਸਤੇ ਆਪਣੇ ਦੇਸ਼ ਵਾਸਤੇ ਮੁਲਕ ਵਾਸਤੇ ਕੁਛ ਕਰਕੇ ਜਾਂਦਾ। ਜਿੰਨਾ ਜਿੰਨਾ ਕੋਈ ਕੰਮ ਕਰਕੇ ਜਾਂਦਾ ਹੈ ਉਸੇ ਤਰ੍ਹਾਂ ਦਾ ਉਸਨੂੰ ਸਮਾਜ ਦੇ ਵਿੱਚ ਯਾਦ ਕੀਤਾ ਜਾਂਦਾ ਹੈ। ਚੌਧਰੀ ਸਾਹਿਬ ਦਾ ਪਰਿਵਾਰ ਜਿਹੜਾ ਬੜਾ ਨੇਕ ਪਰਿਵਾਰ ਸਮਾਜ ਨਾਲ ਜੁੜਿਆ ਹੋਇਆ ਪਰਿਵਾਰ ਹੈ। ਇਸ ਪਰਿਵਾਰ ਨੂੰ ਜਿਹੜਾ ਬਹੁਤ ਵੱਡਾ ਘਾਟਾ ਪਿਆ ਮੈਂ ਪ੍ਰਭੂ ਪਿਤਾ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਇਸ ਪਰਿਵਾਰ ਦੇ ਸਿਰ 'ਤੇ ਪਰਮਾਤਮਾ ਆਪ ਹੱਥ ਰੱਖਣ ਇਸ ਜਿਹੜੇ ਗਮ ਆ ਇਸ ਨੂੰ ਘੱਟ ਕਰਨ ਦੀ ਸਹਿਣ ਕਰਨ ਦੀ ਆਪ ਜਿਹੜਾ ਹੈ ਉਸ ਸਿਰ 'ਤੇ ਪਰਿਵਾਰ ਦੇ ਹੱਥ ਰੱਖਣ। ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ। ਮੇਰੇ ਨਾਲ ਆਏ ਸਰਦਾਰ ਸੰਤੋਖ ਸਿੰਘ ਮੱਲਾ ਜੀ ਕੌਮੀ ਵਰਕਿੰਗ ਕਮੇਟੀ ਮੈਂਬਰ ਉਹਨਾਂ ਵੱਲੋਂ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ। ਪ੍ਰਭੂ ਪਿਤਾ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਕਿ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਵੱਖਰੀ ਅਤੇ ਗੰਮ ਸਹਿਣ ਦਾ ਜਿਹੜਾ ਸਹਾਰਾ ਦੇਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸੋ ਘਰ ਦੇ ਵਿੱਚ ਅੱਜ ਜੋ ਸੁੱਖ ਸਮਾਜ ਦੇ ਵਿੱਚ ਉਪਰੀ ਲਹਿਰ ਹੈ ਵਿਸ਼ੇਸ਼ ਤੌਰ 'ਤੇ ਠੇਕੇਦਾਰ ਮਹਿੰਦਰਪਾਲ ਜੀ ਕਰਮਚੰਦ ਜੀ ਸੋਨੂੰ ਅਤੇ ਮੋਨੂੰ ਭਤੀਜੇ
ਖਾਸ ਤੌਰ 'ਤੇ ਭੈਣ ਸੱਤਿਆ ਦੇਵੀ ਲਈ ਅੱਜ ਦਾ ਦਿਨ ਬਹੁਤ ਹੀ ਦੁਖੀ। ਸੋ ਇਹ ਜਿਹੜਾ ਵਿਛੋੜਾ ਹੈ ਇਹਦੀ ਸੀਮਾ ਨਹੀਂ ਹੈ, ਗਹਿਰਾਈ ਨੂੰ ਨਹੀਂ ਨਾਪਿਆ ਜਾ ਸਕਦਾ। ਸੋ ਮੈਂ ਬਾਕੀ ਬੁਲਾਰਿਆਂ 'ਤੇ ਮਾਫ਼ੀ ਚਾਹੁੰਦਾ। ਸੋਨੂੰ ਭਾਟੀਆ ਜੀ ਇੱਕ ਮਿੰਟ ਲਈ, ਰਾਜਪਾਲ ਚੌਹਾਨ ਜੀ, ਠੀਕ ਹੈ ਜੀ, ਸੰਤੋਖ ਸਿੰਘ ਮੱਲਾ ਜੀ, ਤੁਸੀਂ ਵੀ ਇੱਕ ਮਿੰਟ ਲਈ ਸ਼ਰਧਾ ਦੇ ਫੁੱਲ ਪੇਸ਼ ਕਰੋ। ਮੱਲਾ ਸਾਹਿਬ, ਸਭ ਨੂੰ ਹੀ ਪਤਾ ਕਿ ਅੱਜ ਅਸੀਂ ਖੁਸ਼ ਰਾਮ ਜੀ ਦੀ ਅੰਤਮ ਅਰਦਾਸ ਸ਼ਾਮਿਲ ਹੋਏ ਹਾਂ, ਜਿਸਦੇ ਵਿੱਚ ਸਾਰੀਆਂ ਪਾਰਟੀਆਂ ਦੇ ਮੁੱਖ ਲੀਡਰ ਸਾਹਿਬਾਨ ਵੀ ਸ਼ਾਮਿਲ ਹੋਏ ਹੈ। ਮੈਂ ਸਮਝਦਾ ਕਿ ਜਿਹੜਾ ਪਰਿਵਾਰ ਅੱਜ ਤੋਂ ਦੋ ਢਾਈ ਮਹੀਨੇ ਪਹਿਲਾਂ ਬੜੇ ਹੀ ਸੁਚੱਜੇ ਢੰਗ ਨਾਲ ਆਪਣੇ ਹਰ ਕਾਰੋਬਾਰ ਨੂੰ ਚਲਾ ਰਿਹਾ ਸੀ, ਔਰ ਦੋ ਮਹੀਨੇ 'ਚ ਮੈਂ ਸਮਝਦਾ ਕਿ ਕਾਫ਼ੀ ਪਰਮਾਤਮਾ ਦੀ ਜਿਹੜੀ ਨਜ਼ਰ ਹੈ ਉਹ ਉਹਨਾਂ ਤੋਂ ਹਟੀ, ਕਿਉਂਕਿ ਜਿਸ ਤਰ੍ਹਾਂ ਪਹਿਲਾਂ ਸੰਤ ਮਹਾਂਪੁਰਸ਼ਾਂ ਨੇ ਵੀ ਦੱਸਿਆ ਕਿ ਸਾਡੇ ਜਿਹੜੇ ਕਰਮ ਹੈ ਉਹਦੇ ਅਨੁਸਾਰ ਅਸੀਂ ਆਪਣਾ ਜੀਵਨ ਇੱਥੇ ਸਮਾਜ 'ਚ ਆ ਕੇ ਬਤੀਤ ਕਰਦੇ ਹਾਂ। ਛੇ ਚੀਜ਼ਾਂ ਉਹਨੇ ਆਪਣੇ ਹੱਥ 'ਚ ਰੱਖੀਆਂ, ਜਸ਼ ਅਪਜਸ਼, ਲਾਭ ਹਾਨੀ ਅਤੇ ਜਨਮ ਮ੍ਰਿਤਿਯੂ, ਇਹ ਪਰਮਾਤਮਾ ਨੇ ਆਪਣੇ ਹੱਥ 'ਚ ਰੱਖੀਆਂ। ਪਰ ਜੇ ਅਸੀਂ ਛੇਆਂ ਤੋਂ ਬਗੈਰ ਬਾਕੀ ਸੋਚੀਏ ਤਾਂ ਸਾਡੇ ਕੋਲ ਕੁਛ ਵੀ ਨਹੀਂ ਰਹਿ ਜਾਂਦਾ। ਇਸ ਕਰਕੇ ਪਰਮਾਤਮਾ ਦੀ ਸ਼ਰਨ 'ਚ ਰਹਿਣਾ ਹੀ ਚੰਗੀ ਗੱਲ ਹੈ, ਕਿਉਂਕਿ ਦੋ ਮਹੀਨੇ 'ਚ ਦੋ ਭਰਾ ਸੁਰਿੰਦਰ ਜੀ ਪਹਿਲਾਂ ਜਿਹੜੇ ਕਿ ਬੜੀ ਨਿਮਰਤਾ ਵਾਲਾ ਸੁਭਾਅ ਰੱਖਦੇ ਸੀ, ਬੜਾ ਹੀ ਹਰ ਜਗ੍ਹਾ ਜਿੱਥੇ ਵੀ ਕਿਸੇ ਨੂੰ ਮਿਲਦੇ ਸੀ ਨਿਮਰਤਾ ਨਾਲ ਹੱਥ ਜੋੜ ਕੇ ਹਮੇਸ਼ਾ ਹੀ ਉਹਨਾਂ ਨੇ ਅੱਗੇ ਲੰਘਣਾ। ਉਸੇ ਤਰ੍ਹਾਂ ਖੁਸ਼ੀ ਰਾਮ ਜੀ ਜਿਨ੍ਹਾਂ ਨੇ ਆਪਣਾ ਵਧੀਆ ਜੀਵਨ ਬਤੀਤ ਕੀਤਾ, ਭਾਵੇਂ ਉਹ ਪੜ੍ਹਾਈ ਦੇ ਸਮੇਂ ਕੀਤਾ, ਮੈਂ ਸਮਝਦਾ ਉਸ ਵੇਲੇ ਵੀ ਇਹ ਸਾਡੇ ਕਲਾਸਮੇਟ ਵੀ ਰਿਹਾ ਖੁਸ਼ੀ ਰਾਮ। ਉਸ ਵੇਲੇ ਤੋਂ ਅਸੀਂ ਜਾਣਦੇ ਹਾਂ ਕਿ ਇੱਕ ਵਿਲੱਖਣੀ ਪਹਿਚਾਣ ਔਰ ਨੌਲੇਜ ਵਾਲਾ ਵਿਅਕਤੀ ਸੀਗਾ। ਇਹ ਅਲੱਗ ਗੱਲ ਹੈ ਕਿ ਕਿਸੇ ਨੌਲੇਜ ਵਾਲੇ ਵਿਅਕਤੀ ਨੂੰ ਕੋਈ ਚੰਗਾ ਹੋਰ ਮੌਕਾ ਨਾ ਮਿਲੇ, ਪਰ ਲੇਕਿਨ ਚਾਹੇ ਉਹ ਸਮਾਜਿਕ ਨੌਲੇਜ ਹੋਵੇ, ਚਾਹੇ ਉਹ ਪੜ੍ਹਾਈ ਦਾ ਹੋਵੇ, ਚਾਹੇ ਉਹ ਰਾਜਨੀਤੀ ਦਾ ਹੋਵੇ, ਚਾਹੇ ਉਹ ਕਿਸੇ ਹੋਰ ਫੀਲਡ ਦਾ ਹੋਵੇ, ਉਹਦਾ ਇਹ ਨੌਲੇਜ ਰੱਖਦਾ ਸੀ। ਉਸੇ ਤਰ੍ਹਾਂ ਜੇਕਰ ਅਸੀਂ ਇਹ ਨੌਲੇਜ ਦੀ ਗੱਲ ਕਰਦੇ ਹਾਂ ਤਾਂ ਕਰਮਚੰਦ ਜੀ, ਮੈਂ ਸਮਝਦਾ ਉਸ ਵੇਲੇ ਬਹੁਤ ਘੱਟ ਲੋਕ ਐਵੇਂ ਮਿਲਦੇ ਸੀ ਇਸ ਪਰਿਵਾਰ 'ਚ, ਜੋ ਵੱਡੇ ਭਰਾ ਉਹਨਾਂ ਦੇ ਕਰਮਚੰਦ ਜੀ, ਉਹਨਾਂ ਨੇ ਉਸ ਵੇਲੇ ਐਵੇਂ ਕੀਤੀ ਇਕਨੋਮਿਕਸ ਦੀ, ਜਦੋਂ ਇਲਾਕੇ 'ਚੋਂ ਇੱਕ ਦੋ ਬੰਦੇ ਇਕਨੋਮਿਕਸ 'ਤੇ ਐਵੇਂ ਹੁੰਦੇ ਸੀ। ਸੋ ਉਹ ਜਿਹੜੀ ਹੈਰੀਡੀਟਰੀ ਗੁਣ ਸੀ ਪਰਿਵਾਰ ਦਾ, ਸੋਰੀ ਬੇਲੀ ਰਾਮ ਦੇ ਮਿਹਨਤ ਦਾ, ਉਹ ਕਾਫ਼ੀ ਲੰਬੇ ਸਮੇਂ ਬਾਅਦ, ਅਗਰ ਅਸੀਂ PCS ਦੀ ਗੱਲ ਕਰਦੇ ਹਾਂ ਤਾਂ ਕਾਫ਼ੀ ਲੰਬੇ ਸਮੇਂ ਬਾਅਦ ਉਹਦਾ ਰਿਜ਼ਲਟ ਨਿਕਲ ਕੇ ਬਾਹਰ ਆਇਆ, ਕਿਉਂਕਿ ਪਰਿਵਾਰ ਤਾਂ ਪਹਿਲਾਂ ਹੀ ਇਸ ਨੌਲੇਜ 'ਚ ਰੱਖਦਾ ਸੀ ਹਰ ਗੱਲ ਦਾ, ਪਰਮਾਤਮਾ ਦੀ ਇਹਨਾਂ 'ਤੇ ਕਿਰਪਾ ਸੀਗੀ। ਪਰ ਅੱਜ ਇਹ ਜੋ ਘਾਟਾ ਪਿਆ ਹੈ ਇਹ ਪਰਮਾਤਮਾ ਦੇ ਹੱਥ ਵਿੱਚ ਹੈ, ਕਿਸੇ ਵਿਅਕਤੀ ਦੇ ਹੱਥ ਵਿੱਚ ਨਹੀਂ ਹੈ। ਇਸ ਕਰਕੇ ਅੱਜ ਸਾਨੂੰ ਸਿਰਫ ਤਾਂ ਸਿਰਫ ਤਕੜੇ ਹੋਣ ਦੀ ਲੋੜ ਹੈ, ਕਿਉਂਕਿ ਜੇਕਰ ਅਸੀਂ ਤਕੜੇ ਨਹੀਂ ਹੋਵਾਂਗੇ ਤਾਂ ਅਸੀਂ ਕਿਸੇ ਵੀ ਦੁੱਖ ਨੂੰ ਜਾਂ ਸਮੱਸਿਆ ਨੂੰ ਫੇਸ ਨਹੀਂ ਕਰ ਸਕਦੇ। ਇਸ ਲਈ ਮੈਂ ਤਾਂ ਸਿਰਫ ਇੱਕੋ ਹੀ ਬੇਨਤੀ ਕਰਾਂਗਾ ਕਿ ਮਹਿੰਦਰਪਾਲ ਜੀ, ਜਿਸ ਤਰ੍ਹਾਂ ਤੁਸੀਂ ਪਹਿਲਾਂ
ਔਰ ਕਰਮ ਚੰਦ ਜੀ ਤੁਸੀਂ ਸਮਾਜ ਦੇ ਵਿੱਚ ਵਿਚਰਦੇ ਹੈ ਔਰ ਨਿਮਰਤਾ ਨਾਲ ਵਿਚਰਦੇ ਹੈ, ਹਰ ਜਗ੍ਹਾ ਤੁਹਾਡਾ ਯੋਗਦਾਨ ਹੈ, ਹਰ ਪਰਿਵਾਰ ਨਾਲ ਤੁਹਾਡੀ ਰਿਸ਼ਤੇਦਾਰੀ ਹੈ, ਤਾਂ ਅੱਜ ਤੁਸੀਂ ਤਕੜੇ ਹੋ ਕੇ ਇਸ ਗੱਲ ਨੂੰ ਸਹਿਣ ਕਰੋ, ਕਿਉਂਕਿ ਪਰਮਾਤਮਾ ਦਾ ਹੁਕਮ ਹੈ ਜਿਹੜਾ, ਇਹਨੂੰ ਤਾਂ ਮੰਨਣਾ ਹੀ ਪਏਗਾ, ਇਹਨੂੰ ਟਾਲਿਆ ਨਹੀਂ ਜਾ ਸਕਦਾ, ਇਹ ਤੋਂ ਬਚਿਆ ਵੀ ਨਹੀਂ ਜਾ ਸਕਦਾ। ਇਸ ਕਰਕੇ ਜਦੋਂ ਤੁਸੀਂ ਦੋਨੋਂ ਪ੍ਰਵਾਹ ਜਿਸ ਤਰ੍ਹਾਂ ਪਹਿਲਾਂ ਤਕੜੇ ਹੋ ਕੇ ਚੱਲਦੇ ਸੀ ਉਸ ਤਰ੍ਹਾਂ ਚੱਲੋਗੇ, ਤਾਂ ਮੈਂ ਸਮਝਦਾ ਕਿ ਸਾਡੀਆਂ ਜੋ ਮਾਤਾਵਾਂ ਭੈਣਾਂ ਜੋ ਮਹਿਲਾਵਾਂ ਹੈ ਉਹ ਵੀ ਤਕੜੀਆਂ ਹੋ ਕੇ ਚੱਲਣ, ਕਿਉਂਕਿ ਇਹ ਪਰਮਾਤਮਾ ਦਾ ਹੁਕਮ ਹੈ, ਉਹਨੂੰ ਮੰਨਣਾ ਪਏਗਾ। ਇਸ ਕਰਕੇ ਅਸੀਂ ਅੱਜ ਅਗਰ ਤਕੜੇ ਹੁੰਦੇ ਹਾਂ ਤਾਂ ਮੈਂ ਸਮਝਦਾ ਕਿ ਅਸੀਂ ਉਹਨਾਂ ਦੇ ਜਿਹੜੇ ਅਧੂਰੇ ਕੰਮ ਹੈ ਉਹਨਾਂ ਨੂੰ ਅਸੀਂ ਪੂਰੇ ਕਰ ਸਕਦੇ ਹਾਂ, ਉਹਨਾਂ ਦਾ ਜਿਹੜਾ ਸੁਪਨਾ ਹੈ ਉਹਨੂੰ ਪੂਰਾ ਕਰ ਸਕਦੇ ਹਾਂ ਜਦੋਂ ਤੁਸੀਂ ਤਕੜੇ ਹੋ ਕੇ ਚੱਲੋਗੇ। ਸੋ ਮੈਂ ਆਪਣੇ ਵੱਲੋਂ ਭਰੋਸਾ ਦਿਲਾਉਂਦਾ ਕਿ ਪਰਿਵਾਰ ਨੂੰ ਮੈਂ ਇਹ ਭਰੋਸਾ ਦਿਲਾਉਂਦਾ ਕਿ ਇੰਡੀਵਿਜੁਅਲ ਤੌਰ 'ਤੇ ਔਰ ਵਿਸ਼ੇਸ਼ ਤੌਰ 'ਤੇ ਭਾਜਪਾ ਦੀ ਤੌਰ 'ਤੇ, ਕਿਉਂਕਿ ਮੈਂ ਪ੍ਰਦੇਸ਼ ਅਧਿਕਸ਼ ਹੋਣ ਦੇ ਨਾਤੇ ਜਿੱਥੇ ਵੀ ਪਰਿਵਾਰ ਕਿਸੇ ਵੀ ਜਗ੍ਹਾ 'ਤੇ ਕਿਸੇ ਵੀ ਸਥਾਨ 'ਤੇ ਸਾਡੀ ਕੋਈ ਸੇਵਾ ਲਾਵੇਗਾ ਤਾਂ ਅਸੀਂ ਜ਼ਰੂਰ ਨਿਭਾਵਾਂਗੇ, ਕਿਉਂਕਿ ਸਾਡਾ ਇਸ ਪਰਿਵਾਰ ਨਾਲ ਸਮਾਜਿਕ ਤੌਰ 'ਤੇ ਇੱਕ ਪੁਰਾਣਾ ਸੰਬੰਧ ਹੈ, ਗੂੜਾ ਸੰਬੰਧ ਹੈ। ਔਰ ਖੁਸ਼ੀ ਰਾਮ ਜੀ ਨੇ ਸਮਝਦਾ ਕਿ ਸਾਡੇ ਇੱਕ ਕਲਾਸਮੇਟ ਹੋਣ ਦੇ ਨਾਤੇ, ਕਿਉਂਕਿ ਕਲਾਸਮੇਟ ਦਾ ਜਿਹੜਾ ਹੈ ਇੱਕ ਵੱਖਰੀ ਪਹਿਚਾਣ ਆਉਂਦੀ ਹੈ, ਜਿਹਨੂੰ ਕਿਤੇ ਵੀ ਕਿਸੇ ਵੀ ਜਗ੍ਹਾ 'ਤੇ ਬੰਦਾ ਚਲਾ ਜਾਵੇ, ਚਾਹੇ ਉਹ ਦੇਸ਼ 'ਚ ਹੋਵੇ ਚਾਹੇ ਉਹ ਵਿਦੇਸ਼ 'ਚ ਹੋਵੇ, ਉਹਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਕਿ ਤੁਸੀਂ ਜੋ ਵੀ ਸੇਵਾ ਜਦੋਂ ਵੀ ਕਹੋਗੇ ਅਸੀਂ ਹਾਜ਼ਰ ਰਹਾਂਗੇ, ਔਰ ਅਰਦਾਸ ਕਰਦਾ ਪਰਮਾਤਮਾ ਅੱਗੇ ਕਿ ਤੁਸੀਂ ਇਹਨਾਂ 'ਤੇ ਕਿਰਪਾ ਕਰੋ ਔਰ ਉਸ ਜਿਹੜੀ ਆਤਮਾ ਵਿਛੜੀ ਹੈ ਉਹਨੂੰ ਆਪਣੇ ਚਰਨਾਂ 'ਚ ਸਥਾਨ ਦਿਓ ਔਰ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ, ਔਰ ਰਿਸ਼ਤੇਦਾਰ ਜਿਵੇਂ ਬਿਮਲ ਜੀ ਬੈਠੇ, ਸ਼ੁਭ ਜੀ ਬੈਠੇ ਹੈ, ਉਹਨਾਂ ਨੂੰ ਉਸ ਪਰਿਵਾਰ ਨੂੰ ਵੀ ਭਾਣਾ ਮਿਲਣ ਦਾ ਬਲ ਬਖਸ਼ੋ, ਤਾਂ ਕਿ ਇਹ ਪਰਿਵਾਰ ਜਿਸ ਤਰ੍ਹਾਂ ਪਹਿਲਾਂ ਸਮਾਜ ਦੀ ਸੇਵਾ ਕਰਦਾ ਸੀ ਉਸੀ ਤਰ੍ਹਾਂ ਇਹ ਤਕੜੇ ਹੋ ਕੇ ਸਮਾਜ ਦੇ ਵਿੱਚ ਵਿਚਰਦੇ ਰਹਿਣ ਔਰ ਸਮਾਜ ਦੀ ਸੇਵਾ ਕਰਦੇ ਰਹਿਣ। ਇਸ ਤੋਂ ਜ਼ਿਆਦਾ ਨਾਂ ਕਹਿੰਦਾ ਹੋਇਆ ਰਜ਼ਾ ਲੈਣਾ ਔਰ ਪਰਮਾਤਮਾ ਅੱਗੇ ਫਿਰ ਬੇਨਤੀ ਕਰਦਾ ਕਿ ਇਹਨਾਂ ਨੂੰ ਤਾਕਤ ਬਖਸ਼ੇ। ਬਹੁਤ ਧੰਨਵਾਦ ਜੀ ਚੌਹਾਨ ਸਾਹਿਬ ਨੇ ਵੀ ਦੁੱਖ ਸਾਂਝਾ ਕੀਤਾ ਹੈ। ਸੋ ਵਿਸ਼ੇਸ਼ ਤੌਰ 'ਤੇ ਸੋਨੂੰ ਜੀ ਨੂੰ MP ਸਾਹਿਬ ਨੇ ਵੀ ਪਹੁੰਚਣਾ ਸੀਗੀ ਆ, ਸੋਗ ਦਾ ਉਹਨਾਂ ਨੂੰ ਸੰਦੇਸ਼ ਭੇਜਿਆ ਹੈ, ਪਹਿਲਾਂ ਹਾਜ਼ਰੀ ਲਾ ਕੇ ਗਏ, ਅੱਜ ਉਹਨਾਂ ਨੂੰ ਜ਼ਰੂਰੀ ਦਿੱਲੀ ਜਾਣਾ ਪੈ ਗਿਆ, ਇਸ ਕਰਕੇ ਉਹਨਾਂ ਨੇ ਵੀ ਮੈਸੇਜ ਕੀਤਾ ਵੀ ਸਾਡੀ ਹਾਜ਼ਰੀ ਲਓ। ਸੋ ਮੈਂ ਹੁਣ ਸਮਾਂ ਬਹੁਤ ਹੋ ਗਿਆ, ਚੌਧਰੀ ਨੰਦ ਲਾਲ ਜੀ XML ਚੀਫ ਵਾਲੀ ਮਨੀ ਸਕੀ ਉਹ ਵੀ ਇੱਕ ਮਿੰਟ ਲਈ ਸ਼ਰਧਾ ਦੇ ਫੁੱਲ ਭੇਟ ਕਰਨ। ਚੌਧਰੀ ਨੰਦ ਲਾਲ ਜੀ ਪਰਮ ਸਤਿਕਾਰ ਦਿਓ, ਮਹਾਰਾਜ ਪੂਰੀ ਵਾਲਿਆਂ ਦੀ ਅਮਰ ਸਿੰਘ ਬਾਣੀ, ਮਹਾਰਾਜ ਪੂਰੀ ਵਾਲਿਆਂ ਦੀ ਅਮਰ ਸਿੰਘ ਬਾਣੀ ਦੀ ਅੱਗੇ ਜੁੜ ਬੈਠੀ ਗੁਰੂ ਪਿਆਰੀ ਸਾਧ ਸਿੰਘ ਜੀ, ਸਤ ਸਾਹਿਬ ਸਤ ਸਾਹਿਬ ਸਤ ਸਾਹਿਬ। ਅੱਜ ਅਸੀਂ ਸਾਰੇ ਹੀ ਸਾਡੇ ਬਹੁਤ ਹੀ ਸਤਿਕਾਰ ਦਿਓ ਚੌਧਰੀ ਖੁਸ਼ੀ ਰਾਮ ਜੀ ਠੀਕੇ ਦਾ, ਉਹਨਾਂ ਦੀ ਅੰਤਮ ਅਰਦਾਸ 'ਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਵਾਸਤੇ ਇਕੱਤਰ ਹੋਏ। ਮੈਂ ਤੋਂ ਪਹਿਲੇ ਮੇਰੇ ਸਾਥੀ ਸਾਰਿਆਂ ਨੇ ਬੁਲਾਰਿਆਂ ਨੇ
ਪਹਿਲੇ ਉਹਨਾਂ ਦੇ ਛੋਟੇ ਬਿਰਧ ਬ੍ਰਦਰ ਸੁਰਿੰਦਰ ਜੀ ਤੋਂ 2 ਮਹੀਨਿਆਂ ਵਿੱਚ ਹੀ ਚਲੇ ਜਾਣ ਦਾ ਪਰਿਵਾਰ ਨੂੰ ਤਾਂ ਘਾਟਾ ਪਿਆ ਹੀ ਹੈ, ਬਹੁਤ ਵੱਡਾ ਘਾਟਾ ਪਿਆ, ਪਰ ਇਹਨਾਂ ਦਾ ਘਾਟਾ ਸਾਡੇ ਸਮਾਜ ਨੂੰ ਵੀ ਔਰ ਸਾਡੇ ਇਲਾਕੇ ਨੂੰ ਵੀ ਬਹੁਤ ਬੜਾ ਪਿਆ। ਗੱਲ ਕਰੀਏ ਇਸ ਪਰਿਵਾਰ ਦੀ, ਬਜ਼ੁਰਗਾਂ ਤੋਂ ਚੱਲ ਕੇ ਜਿਵੇਂ ਕਿ ਗੱਲ ਪਹਿਲੇ ਕਰਦੇ ਵੀ ਗਏ ਨੇ, ਪਟਾਰੀਆ ਤੋਂ ਉਹਨੇ ਵੀ ਕੀਤੀ ਅਤੇ ਮੰਮਾ ਚੌਰੀ ਬੇਲੀ ਰਾਮ ਜੀ ਠੇਕੇਦਾਰ ਜਿਹਨਾਂ ਨੇ ਕਿ ਪਹਿਚਾਣ ਚੌਰੀ ਬੇਲੀ ਰਾਮ ਬਠਿੰਡੇ ਵਾਲੇ ਦੀ ਬਣਦੀ ਸੀ। ਜਦ ਤੋਂ ਚੱਲ ਕੇ ਅਸੀਂ ਸਾਰੇ ਪੂਰਾ ਸਾਡਾ ਸਮਾਜ ਉਹਨਾਂ ਬਾਰੇ ਜਾਣਦਾ। ਉਹ ਇੱਕ ਸ਼ਰਾਬ ਦੇ ਪੁੰਜ ਸੀ, ਇਸੀ ਤਰ੍ਹਾਂ ਉਹਨਾਂ ਦੇ ਨਾਲ ਉਹਨਾਂ ਦੇ ਚਾਰੇ ਹੀ ਸਪੁੱਤਰ ਚੌਰੀ ਮਹਿੰਦਰਪਾਲ ਜੀ, ਕਰਮਚੰਦ ਜੀ, ਖੁਸ਼ੀ ਰਾਮ ਜੀ, ਸੁਰਿੰਦਰ ਜੀ, ਇੱਕ ਸਾਡੇ ਇਲਾਕੇ 'ਚ ਉਹ ਮਿਸਾਲ ਪੈਦਾ ਕੀਤੀ। ਜੇ ਇਨਸਾਨੀਅਤ ਦੇ ਢੰਗ ਦੇ ਨਾਲ, ਸ਼ਰਾਫਤ ਦੇ ਢੰਗ ਦੇ ਨਾਲ ਸਮਾਜ ਦੇ ਹਰ ਇੱਕ ਪੱਖ ਵਿੱਚ ਵਰਗ ਦੇ ਵਿੱਚ ਜੇ ਇਹ ਪਰਿਵਾਰ ਹੈ ਤਾਂ ਪਹਿਲੀ ਕਤਾਰ ਵਿੱਚ, ਜਿਹੜੀ ਸਾਡੇ ਸਮਾਜ ਦੀ ਪਹਿਲੀ ਕਤਾਰ ਹੈ ਉਸ ਕਤਾਰ ਦੇ ਵਿੱਚ ਇਹਨਾਂ ਦਾ ਨਾਮ ਆਉਂਦਾ। ਔਰ ਆਪਣੇ ਸਮਾਜ ਦੇ ਵਿੱਚ ਔਰ ਜਿਹੜੇ ਕਿ ਸਾਡੇ ਸਮਾਜ ਦੇ ਪਹਿਲੀ ਲਾਈਨ ਦੇ ਪਰਿਵਾਰ ਨੇ ਉਹਨਾਂ ਦੇ ਨਾਲ ਇਹਨਾਂ ਦੀ ਰਿਸ਼ਤੇਦਾਰੀ ਸੰਬੰਧ ਇਸੇ ਤਰ੍ਹਾਂ ਪਰਮਾਤਮਾ ਨੇ ਬਣਾਏ ਔਰ ਇਹਨਾਂ ਨੇ ਆਪਣੀ ਜ਼ਿੰਦਗੀ 'ਚ ਅੱਜ ਤੱਕ ਜੋ ਦੇਖਿਆ ਉਹ ਸਭ ਦੇ ਸਾਹਮਣੇ, ਜਦ ਮੈਂ ਗੱਲ ਨੂੰ ਲੰਬੀ ਨਾ ਕਰਾਂ, ਇਹ ਦੋਨੋਂ ਭਰਾ ਬਾਬਾ ਸੁਰਿੰਦਰ ਜੀ ਅਤੇ ਖੁਸ਼ ਰਾਮ ਜੀ ਛੋਟੇ ਸੀ, ਪਹਿਲੇ ਛੋਟੇ ਛੋਟੇ ਸੁਰਿੰਦਰ ਜੀ ਸੀ ਉਹ ਪਰਮਾਤਮਾ ਨੂੰ ਪਿਆਰੇ ਹੋ ਗਏ, ਉਹ ਵੀ ਕੋਈ ਜਾਲ ਚੇਤੇ ਦੇ ਸੀ, ਉਹ ਵੀ ਅਚਨ ਜੀ ਠੀਕ ਹੈ। 2 ਮਹੀਨੇ ਬਾਅਦ ਹੀ ਖੁਸ਼ੀਆਂ ਹੋਈਆਂ, ਉਹ ਪਰਮਾਤਮਾ ਨੂੰ ਪਿਆਰੇ ਹੋ ਗਏ। ਬੱਸ ਨਹੀਂ, ਕੋਈ ਬੱਸ ਦੀ ਗੱਲ ਨਹੀਂ ਹੈ, ਜੋ ਤੁਰੋਂ ਲਿਖਾ ਕੇ ਆਏ ਹਾਂ ਫਿਰ ਮਿਲਣਾ ਹੈ, ਸਵਾਲ ਜਿੰਨੇ ਲਿਖਾਏ ਪੁੰਨੇ ਮਿਲਣੇ, ਨਾ ਵੱਧ ਮਿਲਣਾ ਨਾ ਘੱਟ ਮਿਲਣਾ, ਪਰ ਘਾਟ ਵਕਤ ਪੱਟੀ ਇਹਨਾਂ ਦੀ ਆਈ ਹੈ। ਖੁਸ਼ੀ ਰਾਮ ਦੀ ਜੋ ਦੇ ਵਿੱਚ ਖਾਸੀਅਤ ਸੀ, ਉਹਨਾਂ ਨੇ ਆਪਣੇ ਇਲਾਕੇ 'ਚ ਹੀ ਰਹਿ ਕੇ ਇੱਥੇ ਰਹਿ ਕੇ ਜੀ ਪਹਿਲਾਂ ਆਪਣਾ ਕਾਰੋਬਾਰ ਕਰਦੇ ਸੀ, ਭੱਠੀ ਦਾ ਕਰਦੇ ਸੀ, ਠੇਕੇਦਾਰੀ ਕਰਦੇ ਸੀ, ਤਾਂ ਉਹਨਾਂ ਨੇ ਮਿਲ ਵਰਤ ਕੇ ਉਹਨਾਂ ਨੇ ਕੀਤਾ। ਕੋਈ ਵੀ ਗੱਲ ਕਿਸੇ ਤਰ੍ਹਾਂ ਦੀ ਵੀ ਹੋਵੇ, ਸਮਾਜਿਕ ਤੌਰ 'ਚ ਹੋਵੇ,
ਸਿਆਸੀ ਤੌਰ ਤੇ ਹੋਵੇ ਜਾਂ ਹੋਰ ਕਿਸੇ ਵੀ ਢੰਗ ਨਾਲ ਹੋਵੇ ਸਗੋਂ ਤਾਂ ਉਹਨਾਂ ਬਾਰੇ ਜੇ ਸਭ ਤੋਂ ਪਹਿਲੀ ਗੱਲ ਦਾ ਉਹ ਨਿਚੋੜ ਕਰਨ ਵਾਲੇ ਜੀ ਤਾਂ ਖੁਸ਼ੀ ਗੱਲ ਸੀ। ਹਰ ਗੱਲ ਦਾ ਨਿਚੋੜ ਉਹਨਾਂ ਕੋਲ ਹੁੰਦਾ ਸੀ। ਇਹ ਗੱਲਾਂ ਜਿਹੜੀਆਂ ਹੁੰਦੀਆਂ ਆਮ ਇਨਸਾਨਾਂ 'ਚ ਨਹੀਂ ਹੁੰਦੀਆਂ, ਇਹ ਇਹਨਾਂ ਕੋਲ ਪਰਮਾਤਮਾ ਨੇ ਬਖਸ਼ੀ ਸੀ। ਮੈਂ ਮਹਿੰਦਰਪਾਲ ਜੀ ਨੂੰ, ਬਾਬੂ ਕਰਮਚੰਦ ਜੀ ਨੂੰ ਇਹ ਬੇਨਤੀ ਕਰਾਂਗਾ ਕਿ ਤੁਸੀਂ ਪਹਿਲੇ ਵੀ ਸਮਾਜ ਦੇ ਵਿੱਚ ਵੀ ਤੁਸੀਂ ਬੜਾ ਪੂਰੇ ਇਲਾਕੇ ਦਾ ਪੂਰੇ ਸਮਾਜ ਦਾ ਇਹ ਅਨੁਸਾਰ ਢੰਗ ਨਾਲ ਤੁਸੀਂ ਸਾਰਾ ਕੁਝ ਕੀਤਾ, ਪਰ ਮੈਂ ਆਸ ਰੱਖਦੀ ਕਿ ਅੱਜ ਜਿਹੜੀ ਉਹਨਾਂ ਭਰਾਵਾਂ ਦੀ ਛੋਟੇ ਦੀ ਘਾਟ ਆਈ ਹੈ ਤੁਹਾਨੂੰ ਤਾਂ ਬੱਚਿਆਂ ਵਰਗੀ ਸੀ, ਤੁਸੀਂ ਸਮਝੇ ਵੀ ਬੱਚਿਆਂ ਵਰਗੇ ਜਿਹੜੇ ਵੱਡੇ ਭਾਈ ਹੁੰਦੇ ਨੇ ਮਾਪੇ ਹੁੰਦੇ ਨੇ, ਅਤੇ ਸਾਨੂੰ ਪੂਰੀ ਆਸ ਹੈ ਕਿ ਤੁਸੀਂ ਬੱਚਿਆਂ 'ਤੇ ਤੁਸੀਂ ਇਸੇ ਤਰ੍ਹਾਂ ਫਿਰ ਹੱਥ ਰੱਖਣੇ ਅਤੇ ਸੋਨੂੰ ਅਤੇ ਮੋਨੂੰ ਜੀ ਇਹਨਾਂ ਨੂੰ ਪੰਜਾਬ ਵੀ ਖੁਸ਼ੀ ਆਉਂਦੀ ਕਿ ਵੀ ਆਪਣੇ ਕਾਰੋਬਾਰ ਕਰਦੇ ਨੇ ਨਾਲ ਹੀ ਇਹਨਾਂ ਨੂੰ ਬਹੁਤ ਕੁਝ ਨਾਲ ਰੱਖਿਆ ਔਰ ਹਰ ਗੱਲ ਨੂੰ ਜਾਣਦੇ ਨੇ। ਪਰ ਅੱਗੇ ਲਈ ਵੀ ਤੁਸੀਂ ਭਾਈ ਇਹਨਾਂ ਨੂੰ ਇਸੇ ਤਰ੍ਹਾਂ ਹੱਥ ਰੱਖਣਾ ਅਤੇ ਮੈਂ ਉਸ ਪਰਮਾਤਮਾ ਦੀ ਅਕਾਲ ਪੁਰਖ ਦੀ ਚਰਨਾਂ 'ਚ ਅਰਦਾਸ ਕਰਦਾ ਕਿ ਉਸ ਆਤਮਾ ਨੂੰ ਉਹ ਸ਼ਾਂਤੀ ਦੇ ਆਪਣੇ ਜਾਨਾਂ ਨਿਵਾਸ ਦੇ, ਸਾਨੂੰ ਰਿਸ਼ਤੇਦਾਰਾਂ ਨੂੰ ਸਾਗ ਸੰਬੰਧੀਆਂ ਨੂੰ ਪਰਿਵਾਰ ਵਾਲਿਆਂ ਨੂੰ ਨੱਬੇ ਨਿਵਾਸੀਆਂ ਨੂੰ ਅਲੱਗਾਂ ਨਿਵਾਸੀਆਂ ਨੂੰ ਸਾਰਿਆਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼। ਅੱਜ ਬੜਾ ਜਿਵੇਂ ਕਿ ਸਾਡੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਸਾਡੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਬੁੱਧ ਸਿੰਘ ਜੀ ਇਹ ਵੀ ਆਏ ਨੇ, ਸੰਤੋਖ ਸਿੰਘ ਮੱਲਾ ਜੀ, ਸੰਕਾਰ ਜੀ ਨੌਜਵਾਨਾਂ ਦੇ ਬੁੱਧ ਬੱਲੀ ਹੋਰ ਸਾਰੇ ਜਿੰਨੇ ਵੀ ਇੱਥੇ ਪਹੁੰਚੇ ਸਾਰੇ ਲਾਹੇ ਬਹੁਤ ਬਹੁਤ ਧੰਨਵਾਦ। ਸਤਿ ਸਾਹਿਬ, ਸਤਿ ਸਾਹਿਬ, ਸਤਿ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਾਫੀ ਚਾਹੁੰਦਾ, ਬਹੁਤ ਹੀ ਸਤਿਕਾਰਯੋਗ ਸਾਡੇ ਵਿਦਿਆਨੰਦ ਜੀ ਮਹਾਰਾਜ ਵੀ, ਉਹ ਵੀ ਸੰਤ ਮੰਡੀ ਦੀ ਨਾਲ ਪਹੁੰਚੇ ਆ, ਉਹਨਾਂ ਦਾ ਵੀ ਉੱਥੇ ਪਹੁੰਚਣ ਤੇ, ਉਹ ਜਿੰਨੇ ਵੀ ਆਏ ਆ ਉਹਨਾਂ ਦਾ ਇੱਥੇ ਪਹੁੰਚਣ ਤੇ ਦੋ ਸ਼ਬਦ ਉਹ ਵੀ ਕਹਿਣ ਇੰਸਪੈਕਟਰ ਰਾਮ ਪ੍ਰਕਾਸ਼ ਜੀ। ਬੋਲ ਸਤਿਗੁਰੂ ਦੇਵ ਕੀ ਜੈ, ਬੋਲ ਗੁਰੂ ਆਏ ਮਹਾਰਾਜ ਕੀ ਜੈ, ਸਭ ਸੰਤੋਂ ਕੀ ਜੈ, ਸਭ ਭਗਤੋਂ ਕੀ ਜੈ। ਕਹਿੰਦਾ ਭਗਵਾਨ ਨੇ ਬੰਦਾ ਭੇਜਿਆ ਸਵਰਗ ਵਿੱਚ, ਸਵਰਗ ਦੀ ਪਛਾਣ ਨਹੀਂ ਕਰਿਆ, ਇਹ ਪਛਾਣ ਦੀ ਵਜ੍ਹਾ ਦੇ
ਇਸ ਕਰਕੇ ਨਰਕ ਦੀ ਨਿਸ਼ਾਨੀ ਮੁੜ ਕੇ ਜਾਣਾ ਵਰਗੇ ਜਾਂ ਜਾਨਵਰਾਂ ਨਾਲ ਬਚਾਓ ਉਹਨਾਂ ਜਾਨਵਰਾਂ ਨੂੰ ਦੇਖੋ ਵੀ ਅਸੀਂ ਕਿਉਂ ਨਹੀਂ ਅਸੀਂ ਜਾਣਾ ਫਿਰ ਰੱਬ ਨੂੰ ਦੇਖੋ ਵੀ ਰੱਬ ਹੈਗਾ ਸਾਡੇ ਕੋਲ ਰੱਬ ਹਰੇਕ ਬੰਦੇ ਦੇ ਅੰਦਰ ਹੈ ਪਰ ਰੱਬ ਅੰਦਰ ਇੱਕ ਹੰਕਾਰੀ ਬੈਠਾ ਇੱਕ ਕਿਸਾਨ ਬੈਠਾ ਉਹਦੇ ਵਿੱਚ ਰੋਕ ਕੇ ਮਨ ਨੂੰ ਰੋਕਦਾ ਨਹੀਂ ਹੈ ਜੇ ਮਨ ਰੋਕ ਕੇ ਰੱਬ ਨੂੰ ਮਿਲਿਆ ਮਨ ਨੂੰ ਰੋਕ ਕੇ ਰੱਬ ਨੂੰ ਮਿਲਦਾ ਮਨ ਨੂੰ ਮੋੜੇ ਰੱਬ ਨੂੰ ਮਿਲੇ ਰੱਬ ਨੂੰ ਮਿਲਣ ਵਾਸਤੇ ਇਹ ਦੇਹ ਆਈ ਇਹ ਦੇਹ ਆਈ ਜੀ ਰੱਬ ਦੇ ਮਿਲਣ ਵਾਸਤੇ ਪਰ ਰਹਿ ਗਈ ਚੱਕਰਾਂ 'ਚ ਪੈ ਗਏ ਚੱਕਰਾਂ 'ਚ ਪੈ ਗਏ ਲਕਸ਼ਮੀ ਕਿਸੇ ਕੋਲ ਆ ਗਈ ਲਕਸ਼ਮੀ ਉਹ ਲਕਸ਼ਮੀ ਦਾ ਵਰਤਾਅ ਕਰਨ ਲੱਗ ਪਿਆ ਉਹ ਕਾਸੇ ਦਾ ਵਰਤਾਅ ਕਰਨ ਰੱਬ ਦੇ ਕੋਲ ਚਲਾ ਜਾਵੇ ਬੰਦਾ ਫਿਰ ਇਹ ਦੁਨੀਆਂ ਨੂੰ ਦੇਖ ਕੇ ਬੰਦੇ ਨੂੰ ਆਪਣੀ ਦੁਨੀਆਂ ਨੂੰ ਦੇਖ ਕੇ ਇਹ ਯੂਨੀਅਨ ਦੇਖ ਕੇ ਕਹੇ ਵੀ ਹਾਂ ਮੈਂ ਇਹ ਭਗਵਾਨ ਅਤੇ ਮੇਰੀ ਯੂਨੀਅਨ ਇਹ ਆਪਣੀ ਯੂਨੀਅਨ ਦੇਖ ਕੇ ਬੱਚ ਜਾਨਵਰ ਬੋਲੀ ਯੂਨੀਅਨ ਦੇਖ ਕੇ ਮਨ ਰੱਬ ਨਾਲ ਰਹਿ ਕਹਿੰਦਾ ਹੰਕਾਰੀ ਨੂੰ ਹੰਕਾਰ ਤੋੜ ਕੇ ਰੱਬ ਨਾਲ ਰੱਬ ਰੱਬ ਕਿੱਥੇ ਰੱਬ ਬੰਦੇ ਦੇ ਅੰਦਰ ਰੱਬ ਬੰਦੇ ਦੇ ਵਿਖਾਣੀ ਹਰ ਹਰ ਚੀਜ਼ ਦੇ ਵਿੱਚ ਰੱਬ ਹੈ ਜਿਹੜੇ ਜਾਨਵਰ ਹੈ ਉਹਨਾਂ ਵਿੱਚ ਹੀ ਰੱਬ ਹੈ ਪਰ ਜਾਨਵਰ ਜਿਹੜੇ ਹੈ ਉਹਨਾਂ ਦੀ ਸ਼ਕਲ ਨੂੰ ਔਰ ਬੰਦੇ ਦੀ ਸ਼ਕਲ ਨੂੰ ਦੇਖ ਕੇ ਆਪਣਾ ਮਨ ਦਾ ਪਛਤਾਵਾ ਲਾਵੇ ਹੇ ਭਗਵਾਨ ਮੈਂ ਤੈਂ ਮੈਨੂੰ ਭੇਜਿਆ ਮੈਂ ਤੇਰਾ ਨਾਲ ਰੱਬ ਨਹੀਂ ਦੂਰ ਵੱਜਦਾ ਕਹਿੰਦਾ ਅੱਖਿਆਂ ਖੋਲ ਜਿਹੜਾ ਤੈਨੂੰ ਰੱਬ ਨਹੀਂ ਵੱਜਦਾ ਦੂਰ ਅੱਖਿਆਂ ਨਹੀਂ ਦੂਰ ਹੈ ਰੱਬ ਨਹੀਂ ਦੂਰ ਇਹਨਾਂ ਘਰਾਂ ਦੇ ਵਿੱਚ ਜਿਹੜਾ ਜੀਵ ਜਨਮ ਲਿਆ ਇਹ ਖੁਸ਼ੀ ਰਾਮ ਨੇ ਔਰ ਇਹਨਾਂ ਦੇ ਬਾਪ ਨੇ ਬੜੀ ਬੜੀ ਦੂਰ ਆ ਕੇ ਕੰਮ ਕੀਤਾ ਔਰ ਉੱਥੇ ਬਠਿੰਡੇ ਸਵਾਮੀ ਗੰਗਾਨੰਦ ਇਹ ਬੇੜੀ ਰਾਮ ਨੇ ਡੇਰੇ ਰੱਖਣਾ ਔਰ ਸਵਾਮੀ ਗੰਗਾਨੰਦ ਦੇ ਜਾਣਾ ਔਰ ਉੱਥੇ ਜਾ ਕੇ ਰਾਤ ਕੱਢਣੀ ਸਵੇਰ ਨੂੰ ਗੱਡੀ ਬਹਿਣਾ ਰਾਜਸਥਾਨ ਚੜਿਆ ਰਾਜਸਥਾਨ ਜਾਣ ਦੇ ਬਾਅਦ ਇਹਨਾਂ ਦਾ ਕਹਾਇਆ ਆ ਮੇਲ ਹੋਇਆ ਐਸਾ ਸਤਿਗੁਰੂ ਮੇਰਾ ਜਿਹੜਾ ਵਿਛੜਿਆ ਮਰਾਵੇ ਕਹਿੰਦਾ ਐਸਾ ਸਤਿਗੁਰੂ ਮੇਰਾ ਜਿਹੜਾ ਵਿਛੜਿਆ ਮਰਾਵੇ ਖੁਸ਼ੀ ਰਾਮ ਦੀ ਜਾਣ ਦੀ ਮਹਿਸੂਸ ਕਰਿਆ ਪਰ ਇਸ ਗੱਲ 'ਤੇ ਖੁਸ਼ੀ ਰਾਮ ਦੇ ਰੱਖੇ ਮਨ ਨੂੰ ਰੋਕ ਲਵੇ ਰੱਬ ਬੜਾ ਬੇਅੰਤ ਐਸਾ ਸਤਿਗੁਰ ਮੇਰਾ ਜਿਹੜਾ ਵਿਛੜਿਆ ਮਰਾਵਦਾ ਸੋ ਗੱਲ ਇਹ ਹੈ ਸਾਰੇ ਨੇ ਇਹ ਚੀਜ਼ ਨੂੰ ਦੇਖ ਕੇ ਮਨ ਨੂੰ ਮੁਤਾਬਕ ਘਰ ਵਿੱਚ ਬੈਠ ਕੇ ਭਜਨ ਕਰੋ ਰੱਬ ਦਾ ਭਜਨ ਕਰੋ ਰੱਬ ਕੋਲ ਹੈ ਰੱਬ ਕੋਲ ਹੈ ਜੇ ਰੱਬ ਨੂੰ ਮਿਲੇ ਜੇ ਲੋਕਾਂ ਨੇ ਖੁਸ਼ੀਆਂ ਦੇਖੀ ਉਹ ਖੁਸ਼ੀਆਂ ਨਾਲ ਨਹੀਂ ਜਾਣਾ ਚਾਹੀਦਾ ਰੱਬ ਦੇ ਵੱਲ ਜਾਣਾ ਚਾਹੀਦਾ ਕੋਈ ਸੰਤ ਵੀ ਬਣੇ ਹੋਏ ਉਹ ਵੀ ਖੁਸ਼ੀਆਂ ਬਣ ਜਾਂਦੀ ਖੁਦ ਹੀ ਵੱਲ ਨਹੀਂ ਜਾਣਾ ਚਾਹੀਦਾ ਰੱਬ ਦੇ ਪਿਆਰ ਵੱਲ ਦੇਖਣਾ ਚਾਹੀਦਾ ਰੱਬ ਕਿੱਥੇ ਆਇਆ ਰੱਬ ਆਇਆ ਇਸ ਬੰਦੇ ਦੇ ਅੰਦਰ ਜਾਵੇ ਇਹ ਬੰਦੇ ਦੇ ਅੰਦਰ ਰੱਬ ਬੈਠਿਆ ਤਾਂ ਬੰਦਾ ਸੁਜੱਜਾ ਬਣਿਆ ਸੁਜੱਜਾ ਬਣਨ ਨਾਲ ਇਹ ਸੁਜੱਜਾ ਧਰਤੀ ਨੂੰ ਧਰਤੀ ਸੁਜੱਜੀ ਕਰਦਾ ਧਰਤੀ ਵੀ ਸੁਜੱਜੀ ਹੋ ਜਾਂਦੀ ਹੈ ਜੇ ਬੰਦੇ ਨਾਲ ਜੇ ਬੰਦਾ ਸੁਜੱਜਾ ਦੇਖ ਲਵੇ ਆਪਣੇ ਆਪ ਨੂੰ ਦੇਖ ਕੇ ਕਰੇ ਬੋਲ ਸਕਦੇ ਇਹ ਕੀ ਹੈ
ਐਸਾ ਸਤਿਗੁਰ ਮੇਰਾ ਖੁਸ਼ੀ ਰਾਮ ਦੇ ਨਾਲ ਸਾਡਾ ਥੋੜ੍ਹਾ ਜਿਹਾ ਪਿਆਰ ਹੋਇਆ। ਅਸੀਂ ਰਾਜਸਥਾਨ ਨੂੰ ਗਏ, ਅਸੀਂ ਮਹਿੰਦੇ ਦੇ ਕੋਲ ਜਾ ਰਹੇ, ਬਠਿੰਡਾ ਉੱਥੇ ਰਹੇ ਰਾਤ, ਸਵੇਰ ਨੂੰ ਬਠਿੰਡਾ ਚਲੇ ਗਏ। ਬਠਿੰਡਾ ਜਾਣ ਨਾਲ ਸਾਨੂੰ ਮੁੜ ਕੇ ਆਉਂਦੇ ਨੂੰ ਪਤਾ ਲੱਗਿਆ ਜਾਂ ਬੇਰੀ ਰਾਮ ਹੁਣੇ ਸਰੀਰ ਸ਼ਾਂਤ ਕਰਦੇ ਨੇ, ਸ਼ਾਂਤ ਹੋ ਗਏ ਬੇਰੀ ਰਾਮ ਦੇ ਸਰੀਰ। ਬੇਰੀ ਰਾਮ ਨੇ ਆਪਣੇ ਪਿਆਰ ਦੇ ਨਾਲ ਇਹ ਸੰਸਾਰ ਦੇ ਰਿਸ਼ਤੇਦਾਰੀ 'ਚ ਮਿੱਤਰ ਸੱਜਣ ਵਿੱਚ ਪਿਆਰ ਪਾਇਆ। ਔਰ ਇਹ ਲੋਕ ਉੱਥੇ ਹੋਏ ਕੌਣ ਆ ਬੋਲ ਸਤਿਗੁਰੂ ਦੇਵ ਜੀ। ਮਹਾਰਾਜ ਗੁਰਦਿਆਨੰਦ ਜੀ ਦਾ ਜਿਨ੍ਹਾਂ ਨੇ ਇਸ ਦੁਖੀ ਪਰਿਵਾਰ ਦੇ ਵਿੱਚ ਆ ਕੇ ਆਪਣੇ ਪ੍ਰਵਚਨ ਕੀਤੇ ਹਨ। ਹੁਣ ਮੈਂ ਬਾਊ ਰਾਮ ਪ੍ਰਕਾਸ਼ ਜੀ ਨੂੰ, ਉਹ ਆਏ ਹੋਏ ਜਿੰਨੇ ਵੀ ਸਾਕ ਸੰਬੰਧੀ ਰਿਸ਼ਤੇਦਾਰ ਹੈ ਉਹਨਾਂ ਦਾ ਧੰਨਵਾਦ ਕਰਨ। ਰਾਮ ਪ੍ਰਕਾਸ਼ ਜੀ ਆਦਰਨੀਏ, ਵੰਦਨੀਏ, ਪੂਜਨੀਏ, ਪ੍ਰਾਤਾ ਸਿਰਨੀਏ ਮਹਾਰਾਜ ਗਰੀਬਾਚਾਰੀਏ ਜੀ ਦੀ ਅੰਮ੍ਰਿਤ ਵਈ ਬਾਣੀ, ਔਰ ਸੰਤ ਮੰਡਲ, ਗੁਰੂ ਰੂਪ ਸਾਧ ਸਾਧ ਸੰਗਤ ਜੀ, ਬਹੁਤ ਦੁਖੀ ਹਿਰਦੇ ਦੇ ਨਾਲ ਬੋਲਿਆ ਨਹੀਂ ਜਾਂਦਾ। ਇੱਕ ਦੋ ਮਹੀਨੇ ਦੇ ਵਿੱਚ ਦੋ ਭਾਈ ਚਲੇ ਜਾਣੇ ਔਰ ਬੜੇ ਭਰਾਵਾਂ ਦੇ ਬਹੁਤ ਦੁੱਖਦਾਈ, ਚੱਲਿਆ ਨਹੀਂ ਜਾਂਦਾ। ਸਾਡੇ ਤਾਂ ਨਗਰ 'ਤੇ, ਮੈਂ ਨਗਰ ਦੀ ਜੇ ਗੱਲ ਕਰਾਂ, ਆਹ ਦੋ ਤਿੰਨ ਮਹੀਨੇ 'ਤੇ ਕੁਛ ਮਹਾਰਾਜ ਜੀ ਕੁਛ ਪਤਾ ਨਹੀਂ ਕਿਹਾ। ਸਾਡੇ ਕਰਮ ਹੈ, ਗੱਲ ਸਾਰੀ ਕਰਮਾਂ ਨਹੀਂ ਹੁੰਦੀ, ਕਰੋਪੀ ਕਿੱਦਾਂ ਕਹਿ ਦਈਏ ਇਹ ਵੀ ਨਹੀਂ ਮੈਂ ਕਹਿ ਸਕਦਾ, ਕਿਉਂਕਿ ਸਾਡੇ ਕਰਮਾਂ ਦੀ ਗੱਲ। ਕੋਈ ਐਸਾ ਹਿਸਾਬ ਤਾਂ ਬਣਿਆ ਹੋਇਆ ਹੈ, ਇੱਕ 'ਤੇ ਇੱਕ ਰੂਹ ਔਰ ਜਵਾਨ ਵਾਸਤਾ ਜਾ ਜੇ ਤਾਇਆ ਜੀ ਵੱਲ ਦੇਖੀਏ, ਮਿਠਤ ਨੀਵੀਂ ਨਾਨਕਾ ਗੁਣ ਕਿੰਨੀਆਂ ਆਈਆਂ ਤੱਤ ਆਹੇ ਰਿਹਾ। ਅੱਛਾ ਜੇ ਇਹਨਾਂ ਵੱਲ ਦੇਖੀਏ ਤਾਂ ਸਾਰਿਆਂ ਦਾ ਇਹੀ ਸੁਭਾਅ। ਅੱਛਾ ਜੇ ਸੱਚ ਵੱਲ ਲਈਏ ਗੱਲ ਤਾਂ ਮੈਂ ਕਹਿੰਦਾ ਇਹ ਦੋਵੇਂ ਸਾਡੇ ਜਿਹੜੇ ਭਰਾ ਗਏ ਸੱਚ ਹੀ ਬੋਲ ਦਿੰਦੇ ਸੀ ਅਗਲੇ ਦੇ ਸਾਹਮਣੇ, ਉਹ ਤੁਸੀਂ ਜਾਣਦੇ ਆ ਰਿਐਲਿਟੀ ਕਹਿੰਦਾ ਮੈਂ। ਲੇਕਿਨ ਉਹਦੇ ਅੱਗੇ ਕੋਈ ਜ਼ੋਰ ਨਹੀਂ, ਜੇ ਸ਼ੋਕ ਜੀ ਨੂੰ ਲਈਏ ਜਿਹਦੀ ਧੀ ਦੁਖੀ ਉਹਦਾ ਸੰਸਾਰ ਹੀ ਦੁਖੀ, ਧੀ ਭੈਣ ਦੁਖੀ ਹੋਵੇ ਆ ਚੇਅਰਮੈਨ ਜੀ ਬੈਠੇ ਇਹਨਾਂ ਦੀ ਭੈਣ। ਜੇ ਉੱਧਰ ਦੇਖੀਏ ਕਾਲੀਦਾਸ ਨੂੰ ਕੋਲਿਆਂ ਤੋਂ ਉਹਨਾਂ ਦਾ ਵੀ ਇਹੀ ਆ,
ਆਖਰ ਮੇਰੇ ਵੀਰੋ ਮਹਾਂਪੁਰਸ਼ਾਂ ਨੇ ਸਰਬੰਸ ਸਵਾਰ ਕੇ ਆਖਰ ਇੱਕੋ ਸ਼ਬਦ ਉਚਾਰਨ ਕਰਿਆ, ਤੇਰਾ ਭਾਣਾ ਮਿੱਠਲ। ਕਿਉਂ ਜਿੱਥੇ ਕੋਈ ਚਾਰਾ ਨਾ ਹੋਵੇ ਉੱਥੇ ਭਾਣੇ ਨੂੰ ਐਕਸੈਪਟ ਕਰਨ 'ਤੇ ਹੋਰ ਕੋਈ ਚਾਰਾ ਨਹੀਂ। ਕਬੀਰਾ ਆਏ ਜਗਤ ਮੈਂ ਜਗ ਹਾਂਸੇ ਹਮ ਰੋਏ, ਐਸੀ ਕਰਨੀ ਕਰ ਚੱਲੇ ਹਮ ਹਾਂਸੇ ਜਗ ਰੋਏ। ਮੈਂ ਸ਼ੋਰਟ ਨਹੀਂ ਲੈਂਦਾ, ਟਾਈਮ ਬਹੁਤ ਹੋ ਗਿਆ। ਮਹਾਰਾਜ ਨੇ ਬਾਣੀ 'ਚ ਉਚਾਰਨ ਕਰਿਆ, ਇਕੱਲੇ ਆਵੇ ਨਾਨਕਾ ਸੱਜੇ ਉੱਠ ਜਾ। ਮੈਂ ਆਪਣੇ ਪਰਿਵਾਰ ਵੱਲੋਂ, ਨਗਰ ਵੱਲੋਂ, ਸਾਰੇ ਆਈਆਂ ਹੋਈਆਂ ਇਲਾਕੇ ਦੀਆਂ ਤਕੜੀਆਂ ਤਕੜੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਆਪਣੇ ਸ਼ਰਧਾ ਦੇ ਸੁਮਨ ਭੇਟ ਕੀਤੇ, ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਸਾਰੇ ਪਰਿਵਾਰ ਪਿੰਡ ਵੱਲੋਂ, ਸਾਰੇ ਰਿਸ਼ਤੇਦਾਰਾਂ ਦਾ, ਰਿਲੇਟਿਵ ਜੋ ਜਿੰਨੇ ਵੀ ਆਏ ਹੋਏ ਨੇ, ਮੇਰੀ ਇੱਕ ਬੇਨਤੀ ਹੈ ਕਿ ਸਾਰਿਆਂ ਨੇ ਭੋਜਨ ਕਰਕੇ ਪ੍ਰਸ਼ਾਦ ਲੈ ਕੇ ਜਾਣ। ਸਤ ਸਾਹਿਬ ਸਤ। ਹੁਣ 2 ਮਿੰਟ ਲਈ, ਸਿਰਫ 1 ਸੈਕਿੰਡ ਲਈ ਮਹਾਰਾਜ ਆਪਣੇ ਦਿਲ ਸਥਾਨਾਂ ਨੂੰ ਜਾਣਗੇ। ਕੁਟੀਆ ਸਾਹਿਬ ਸਾਰਿਆਂ ਨੇ ਕੱਚ ਕਰਨਾ ਖੜੇ ਹੋਣ। ਜਿਵੇਂ ਰਿਸ਼ਤੇਦਾਰ ਨੇ ਜਾਂ ਜਿਵੇਂ ਹੋਰ
ਕਰ ਦਿੰਦੇ ਕਿ ਅਸੀਂ ਤੇਰੇ ਨਾਲ ਹਰ ਵੇਲੇ ਹਰ ਪਲ ਬਸ ਹੁਣ ਇਹਦੇ ਵਿੱਚ ਕੁਛ ਹੋ ਨਹੀਂ ਸੀ ਸਕਦਾ ਬੱਚੇ ਬੱਚਾ ਆ ਕੇ ਕਹਿ ਗਿਆ ਵੀ ਇਹਦੇ ਵਿੱਚ ਤਾਂ ਉਹ ਰੱਬ ਜਾਣੇ ਲੇਕਿਨ ਤੁਹਾਡੇ ਵਾਸਤੇ ਤੁਹਾਡੇ ਪਰਿਵਾਰ ਵਾਸਤੇ ਸਾਰਾ ਸਮਾਜ ਸਮਰਪਿਤ ਹੈ ਯੋਗਾ ਤੋਂ ਲੈ ਕੇ ਤੁਸੀਂ ਬਹੁਤ ਆਪਣਾ ਜਿਹਾ ਫੈਲਾਇਆ ਹੈਗਾ ਸਮਾਜ ਦੇ ਵਿੱਚ ਉਹ ਤੁਸੀਂ ਲਾਇਕ ਹੈ ਤੇਰੀ ਤਾਂ ਹਰੀ ਜ਼ਿੰਮੇਵਾਰੀ ਐਸੀ ਪੈ ਜਾਣੀ ਕਿਸੇ ਦੇ ਮੁੱਖ ਮੈਂ ਜਾ ਨਹੀਂ ਕਰਦਾ ਔਰ ਇਹਨਾਂ ਦੋਹਾਂ ਮੌਤਾਂ ਨੇ ਤਾਂ ਸਲਾਹ ਕਰ ਮੈਂ ਬਿਲਕੁਲ ਨਹੀਂ ਘਬਰਾਉਣਾ ਸਾਰੇ ਅਸੀਂ ਤੇਰੇ ਤੇ ਅਤੇ ਗੱਲ ਨੂੰ ਆਪਣੇ ਪਰਿਵਾਰ ਦੀ ਗੱਲ ਨੂੰ ਰਵਾਇਤ ਨੂੰ ਕਾਇਮ ਰੱਖਣ ਵਾਸਤੇ ਬੇਟਾ ਦੇਖੋ ਕਟਾਰੀਆ ਸਾਹਿਬ ਜਿੰਨੇ ਸਾਡੇ ਰੈਲੇਟਿਵ ਸਾਰੇ ਜਿਸ ਵੇਲੇ ਮੌਜੂਦ ਹੈ ਗੱਲ ਇਹ ਹੈ ਕਿ ਇਹਦਾ ਟ੍ਰਾਂਸਲੇਸ਼ਨ ਮੈਂ ਕਰਦਾ ਤੁਹਾਡਾ ਇਹ ਕਿਉਂ ਦਿੱਤੀ ਜਾਂਦੀ ਹੈ ਇਹਦਾ ਮਤਲਬ ਹੈ ਜਿੱਦਾਂ ਉਹਨਾਂ ਨੇ ਨਹੀਂ ਇਸ ਗੱਲ ਨੂੰ ਦਾਗ ਲੱਗਣ ਦਿੱਤਾ ਬੇਟਾ ਤੂੰ ਸਿਆਣਾ ਪੜ੍ਹਿਆ ਲਿਖਿਆ ਹੈ ਇਸੇ ਤਰ੍ਹਾਂ ਤੇਰੇ ਨਾਨਕੇ ਬਹੁਤ ਚੰਗੇ ਨੇ ਹੋਰ ਸਾਰੇ ਰੈਲੇਟਿਵ ਜਿਹੜੇ ਇੱਕ ਤੋਂ ਇੱਕ ਵੱਧ ਨੇ ਲੇਕਿਨ ਬੇਟਾ ਇਸ ਸਮੇਂ ਨੂੰ ਆਹ ਜਿਹੜੀ ਵਾਡਿੰਗ ਬੋਲੀ ਹੈ ਕਟਾਰੀਆ ਜੀ ਨੇ ਔਰ ਸਾਹਮਣੇ ਆ ਸਾਰੇ ਆਪਣੇ ਜਿੰਨੇ ਵੀ ਇਸ ਗੱਲ ਨੂੰ ਕਾਇਮ ਰੱਖਣਾ ਜਿਹੜੀ ਆਪਣੀ ਪਰੰਪਰਾ ਦੇਖੋ ਨਾ ਤਾਇਆ ਜੀ ਦਾ ਨਾਮ ਵਾਰ ਵਾਰ ਲਿਆ ਕਰ ਇਹਦਾ ਕੋਈ ਕਾਰਨ ਹੈ ਇਹਦਾ ਕੋਈ ਕਾਰਨ ਹੈ ਉਸ ਤੋਂ ਬਾਅਦ ਆ ਮਿੰਦਰਪਾਲ ਜੀ ਬੈਠੇ ਨੇ ਕਰਮ ਚੰਦ ਹੈ ਇਹਦਾ ਵੀ ਕੋਈ ਕਾਰਨ ਮਿੱਠੇ ਮਿੱਠੇ ਤਾਂ ਨਹੀਂ ਵੀ ਨਾਨਕਾ ਗੁਣ ਚੰਗਿਆ ਜਾਂਦਾ ਨੀਵਾਂ ਬਣ ਕੇ ਚੱਲਣਾ ਹੈ ਜੀ ਹਰੇਕ ਦੀ ਇੱਜ਼ਤ ਔਰ ਇਸ ਨੂੰ ਕਾਇਮ ਰੱਖਣਾ ਪਾਓ ਜੀ ਹੁਣ